ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਕੰਜ਼ਪਸ਼ਨ ਆਫ ਅਲਕੋਹਲ ਇਜ਼ ਇੰਜੂਰੀਅਸ ਟੂ ਹੈਲਥ। ਮੈਨੂੰ ਕੋਈ ਪਰਵਾਹ ਨਹੀਂ ਆ ਧਾਲੀਵਾਲ ਸਾਹਿਬ, ਘਰ ਉੱਜੜਦਿਆਂ ਉੱਜੜ ਜਾਣ, ਉਹ ਵੀ ਅੱਜ ਤੱਕ ਲੱਖਾਂ ਉੱਜੜਦੇ ਹੀ ਆਏ ਆ। ਮੈਨੂੰ ਸਿਰਫ ਉਹ ਥਾਂ ਖਾਲੀ ਚਾਹੀਦੀ ਹੈ। ਪੈਸਾ ਪਹਿਲਾਂ ਹੀ ਬਹੁਤ ਪੈ ਗਿਆ ਏ, ਹੁਣ ਇੱਕ ਟਰਾਲੀ ਹੋਰ ਜਾਣ ਦਿਓ। ਜੇ ਕੋਈ ਨਹੀਂ ਮੰਨਦਾ ਤਾਂ ਧੌਣਾ ਮਰੋੜ ਦੇ ਤੁਰੇ ਆਓ। ਰਿਲੈਕਸ। ਹਮ
ਮੰਤਰੀ ਜੀ, ਟਾਈਮ ਤਾਂ ਇੱਕ ਇੱਕ ਦਿਨ ਕਰਕੇ ਹੱਥੋਂ ਨਿਕਲਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਤਾਂ ਕਲੋਨੀ 'ਚ ਮਾਲ ਸਪਲਾਈ ਕਰਨਾ ਸ਼ੁਰੂ ਵੀ ਕਰ ਦਿੱਤਾ। ਜੀ ਹਾਂ ਜਨਾਬ, ਅੱਜ ਦਾ ਵੋਟਰ ਬੜਾ ਕਮੀਣਾ ਹੈ, ਵਫਾਦਾਰੀ ਬਦਲਣ ਲੱਗਿਆਂ ਮਿੰਟ ਨਹੀਂ ਲਾਉਂਦਾ। ਜਿਹਨੇ ਪਹਿਲਾਂ ਬੁਰਕੀ ਸੁੱਟੀ ਉਹਦੇ ਮਗਰੀ ਉੱਠ ਤੁਰਦਾ। ਆਪਾਂ ਕਿਤੇ ਪਛੜੀ ਨਾ ਜਾਈਏ ਜਨਾਬ। ਗਿੱਲ ਸਾਹਿਬ, ਤੁਹਾਨੂੰ ਕੀ ਲੱਗਦਾ ਹੈ, ਮੈਂ ਚੁੱਪ ਬੈਠਾ? ਇੱਕ ਖਬਰ ਸੁਣਾਵਾਂ, ਬਲਦੇਵ ਨੂੰ ਜੇਲ੍ਹ ਦੇ ਅੰਦਰ ਬੰਦ ਕਰਵਾ ਦਿੱਤਾ ਹੈ। ਆ ਗਏ ਤੁਸੀਂ, ਆ ਕੇ ਰੋਟੀ ਖਾ ਲਓ। ਓ ਮੇਰੇ ਦਿਲ ਦੀਏ ਰਾਣੀਏ, ਪਾ ਦੇ ਹੁਣ ਰੋਟੀ ਖਾ ਲਈਏ। ਹਟ ਜਾਓ, ਤੇਜਵੀਰ ਨੂੰ ਆਉਣ ਦਿਓ। ਤੇਜਵੀਰ ਆ ਜਾ ਹੁਣ, ਵੀਰਾ ਆ ਗਿਆ ਤੇਰਾ, ਰੋਟੀ ਖਾ ਲੈ ਆ ਕੇ। ਓ ਖਾਧੀ ਨੀ ਹਾਲੇ ਰੋਟੀ ਇਹਨੇ। ਮੈਂ ਤਾਂ ਕਦੀ ਕਹੀ ਜਾ ਰਹੀ ਹਾਂ, ਪਰ ਟਾਲੀ ਜਾਂਦਾ, ਕਹਿੰਦਾ ਵੀਰਾ ਆਏਗਾ ਤੇ ਇਕੱਠੇ ਬਹਿ ਕੇ ਖਾਵਾਂਗੇ। ਆ ਲੈਣ ਦੇ ਇਹਨੂੰ ਜਰਾ। ਮੈਂ ਵੀ ਕੀ ਕਰਾਂ ਬਾਈ, ਤੇਰੇ ਬਿਨਾਂ ਮੈਨੂੰ ਰੋਟੀ ਸਵਾਦ ਹੀ ਨਹੀਂ ਲੱਗਦੀ। ਜੇ ਤੂੰ ਕਿਤੇ ਜਾ ਕੇ ਦੂਰ ਦਰੇਡੇ ਨੌਕਰੀ ਤੇ ਲੱਗ ਗਿਆ, ਫਿਰ ਕਿੱਥੋਂ ਲੱਭੂ ਤੈਨੂੰ ਵੀਰਾ ਓਏ। ਫਿਰ ਖਾਇਆ ਕਰੂਗਾ ਨਾ ਪਕਾਉਣ ਵਾਲੀ ਦੇ ਨਾਲ ਬਹਿ ਕੇ। ਭਾਵੀ ਢਿੱਡ 'ਚ ਨਹੀਂ ਪੱਜਦੀ ਤੇਰੀ ਕੋਈ ਗੱਲ, ਜੇ ਤੈਨੂੰ ਦੱਸਦਾ ਤਾਂ ਮਤਲਬ ਕੀ ਖੁਸਰ ਫੁਸਰ ਕਰੀ ਜਾਂਦੇ ਦੇਰ ਭਰਜਾਈ। ਉਹ ਕੁਛ ਨਹੀਂ, ਮੈਂ ਤਾਂ ਵੈਸੇ ਕਹਿ ਰਿਹਾ ਸੀ ਕਿ ਆਪਾਂ ਨੌਕਰੀ ਵੋਕਰੀ ਨਹੀਂ ਕਰਨੀ। ਨੌਕਰੀ ਨਹੀਂ ਕਰਨੀ? ਆ ਜਿਹੜੇ ਸਿਵਲ ਇੰਜੀਨੀਅਰਿੰਗ 'ਚ ਇੰਨੇ ਸਾਲ ਗਾਲ ਤੇ ਉਹ ਕਿੱਥੇ ਜਾਣੇ ਓਏ। ਬਸ ਤੁਸੀਂ ਕਰਾਤੀ ਤੇ ਆਪਾਂ ਕਰ ਲਈ, ਆਪਾਂ ਤਾਂ ਕੋਈ ਵੱਡਾ ਕੰਮ ਕਰਾਂਗੇ, ਤੁਹਾਡੇ ਵਾਂਗੂ ਨਹੀਂ। ਕੀ ਤੇਰਾ ਮਤਲਬ, ਮੈਂ ਕੋਈ ਛੋਟੇ ਕੰਮ ਕਰਦਾ? ਨਹੀਂ ਬਾਈ, ਵੈਸੇ ਲੋਕ ਤਾਂ ਮੰਤਰੀਆਂ ਨਾਲ ਰਹਿ ਕੇ ਦਿਨਾਂ 'ਚ ਕੁਛ ਦਾ ਕੁਛ ਬਣਾ ਲੈਂਦੇ ਨੇ, ਪਰ ਤੁਸੀਂ ਤਾਂ ਹਜੇ ਤੱਕ ਚਾਰ ਪੈਰ ਵਾਲੀ ਤੋਂ ਚਾਰ ਟਾਇਰ ਵਾਲੀ ਤੱਕ ਵੀ ਨਹੀਂ ਆਏ। ਕਰ ਲਾ ਟਿਚਰਾਂ। ਠੀਕ ਕਹਿੰਦਾ ਤੇਜਵੀਰ। ਕੀ ਠੀਕ ਕਹਿੰਦਾ? ਮੈਂ ਤਾਂ ਜਦ ਦੀ ਇਸ ਘਰ 'ਚ ਵਿਆਹ ਕੇ ਆਈ ਹਾਂ, ਬਾਹਰ ਦਾ ਤਾਂ ਮੂੰਹ ਤੱਕ ਨਹੀਂ ਦੇਖਿਆ ਮੈਂ, ਨਾ ਕੋਈ ਤੁਰਨਾ ਫਿਰਨਾ, ਨਾ ਕੋਈ ਸੈਰ ਸਪਾਟਾ, ਬਸ ਘਰ ਦੀਆਂ ਕੰਧਾਂ 'ਚ ਕੰਧ ਬਣਾ ਕੇ ਰਖਾਤਾ ਮੈਨੂੰ ਤੇਰੇ ਵੀਰ ਨੇ। ਉਹ ਚਿੰਤਾ ਨਾ ਕਰ, ਥੋੜੇ ਦਿਨਾਂ ਦੀ ਗੱਲ ਆ, ਜਹਾਜ਼ਾਂ 'ਚ ਸੈਰਾਂ ਕਰਾਊ ਆਪਣੀ ਹੀਰ ਨੂੰ, ਤੇ ਨਾਲੇ ਤੇਜਵੀਰ ਸਿਆ ਤੈਨੂੰ ਲੈ ਕੇ ਦਊਗਾ ਲੈਂਡ ਰੋਵਰ, ਲਾਇਆ ਕਰੀ ਚੰਡੀਗੜ੍ਹ ਗੇੜੀਆਂ। ਜ਼ਰਾ ਚੁੰਡੀ ਵੜ ਕੇ ਦਿਖਾਇਓ ਮੈਨੂੰ, ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖ ਰਹੀ। ਉਹ ਛੱਡ ਯਾਰ, ਰੋਟੀ ਪਾ। ਬਸ ਆ ਗਿਆ ਆ ਗਿਆ, ਥੋੜਾ ਫਸਿਆ ਸੀ ਯਾਰ। ਕੋਈ ਨੀ ਕੋਈ ਨੀ, ਮੈਂ ਪਾ ਲੈਣਾ। ਉਹ ਕਿੱਧਰ ਗਿਆ? ਵੇ ਰੋਟੀ ਖਾ ਕੇ ਜਾ, ਰੋਟੀ ਤੇ ਖਾ ਕੇ ਜਾ। ਕੁਛ ਨਹੀਂ ਬਣ ਸਕਦਾ ਇਸ ਮੁੰਡੇ ਦਾ। ਇਹਨੂੰ ਕੀ ਹੋ ਗਿਆ ਹੁਣ ਵੱਡੇ ਪੜਾਕੂ ਨੂੰ? ਇਹਨੂੰ ਤਾਂ ਉਹ ਹੋ ਗਿਆ ਜੋ ਤੁਹਾਨੂੰ 5 ਸਾਲ ਪਹਿਲਾਂ ਹੋਇਆ ਸੀ। ਮਾਰ ਸੁੱਟਿਆ ਚੰਦਰੀਏ। ਪੈਸੇ ਦਾ ਪਤਾ ਲੱਗਿਆ ਸਰ, ਕਿੱਥੇ ਰੱਖਿਆ? ਪੈਸੇ ਬਾਰੇ ਅਜੇ ਮੂੰਹ ਨੇ ਖੋਲਿਆ, ਪਰ ਕਿੰਨੀ ਕੁ ਦੇਰ? ਇੱਕ ਬੰਦਾ ਭੇਜਦਿਆਂ ਜੇਲ੍ਹ ਵਿੱਚ, ਉਹ ਬਲਦੇਵ ਤੋਂ ਪਤਾ ਕਰੋ, ਜੇ ਮੰਨ ਗਿਆ ਠੀਕ ਹੈ, ਨਹੀਂ ਤਾਂ ਜੇਲ੍ਹ ਵਿੱਚ ਹੀ ਕਤਲ ਕਰਵਾ ਦਿਆਂਗੇ। ਕੁਰਸੀ ਸਲਾਮਤ ਰਹੇ, ਪੈਸਾ ਫੇਰ ਆਜੂ। ਉਹੀ ਤਾਂ ਕਹਿ ਰਹੇ ਹਾਂ ਯਾਰ,
ਘਰੇ ਹੁਣ ਵੀਰਾ ਆ ਕੇ ਬਹਿ ਗਿਆ ਸੀ, ਉਹਦੇ ਨਾਲ ਦੋ ਮਿੰਟ ਗੱਲ ਵੀ ਤਾਂ ਕਰਨੀ ਸੀ ਨਾ। ਨਾਲੇ ਤੂੰ ਛੱਡ ਸਾਰੀਆਂ ਗੱਲਾਂ ਨੂੰ, ਮੈਂ ਤਾਂ ਘਰੋਂ ਕੁਝ ਖਾ ਕੇ ਵੀ ਨਹੀਂ ਆਇਆ, ਬੜੀ ਭੁੱਖ ਲੱਗੀ ਹੈ, ਕੁਛ ਮੰਗਵਾ ਨਾ ਯਾਰ ਖਾਣ ਨੂੰ। ਅੱਛਾ ਡਰਾਮੇ ਤੇ ਵੇਖੋ ਕਿਵੇਂ ਕਰਦਾ, ਇੰਨੀ ਭੁੱਖ ਲੱਗੀ ਹੈ ਨਾ ਤਾਂ ਮੈਨੂੰ ਖਾ ਲੈ। ਅੱਛਾ ਹੁਣ ਸਿੱਧੀ ਤੇਰਾ ਦੱਸ, ਤੂੰ ਆਪਣੇ ਘਰਦਿਆਂ ਨਾਲ ਗੱਲ ਕੀਤੀ ਸਾਡੇ ਰਿਸ਼ਤੇ ਬਾਰੇ? ਆਪਾਂ ਕੀ ਗੱਲ ਕਰਨੀ ਸੀ, ਆਪਾਂ ਤਾਂ 1000 ਰੁਪਇਆ ਬੈਂਡ ਬਾਜੇ ਵਾਲਿਆਂ ਨੂੰ ਦੇ ਕੇ ਨੱਚਦੇ ਹੋਏ ਤੁਹਾਡੇ ਘਰੇ ਆ ਜਾਣਾ। ਗੱਲ ਕਰ ਤੂੰ ਆਪਣੇ ਘਰਦਿਆਂ ਦੇ ਨਾਲ ਜਿਨ੍ਹਾਂ ਨੇ ਬਰਾਤ ਸਾਂਭਣੀ ਹੈ। ਤੇਰੇ ਨਾਲ ਤੇ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ, ਅੱਜ ਤੋਂ ਬਾਅਦ ਨਾ ਤੂੰ ਮੈਨੂੰ ਫੋਨ ਕਰੀ ਤੇ ਨਾ ਹੀ ਤੂੰ ਮੈਨੂੰ ਬੁਲਾਵੀ। ਇਹਨਾਂ ਫਿਰ ਜ਼ਿਨਾ ਫੋਕੇ, ਬਾਏ, ਆਈ ਐਮ ਗੋਇੰਗ। ਉਹ ਬਹਿ ਜਾ ਇੱਕ ਮਿੰਟ, ਮਾਇੰਡ ਹੀ ਕਰ ਗਈ ਤੂੰ ਤਾਂ। ਇਹਦਾ ਮਤਲਬ ਇਹ ਹੈ ਤੂੰ ਮੈਨੂੰ ਅੱਜ ਤੱਕ ਸਮਝ ਹੀ ਨਹੀਂ ਸਕੀ। ਗੱਲ ਸੁਣ ਮੇਰੀ ਧਿਆਨ ਨਾਲ, ਮੇਰਾ ਹਿਸਾਬ ਕਿਤਾਬ ਅੱਜ ਕੱਲ੍ਹ ਦੇ ਰਾਂਝਿਆਂ ਵਾਲਾ ਨਹੀਂ। ਅਸੀਂ ਜਿਹਦੇ ਨਾਲ ਇੱਕ ਵਾਰੀ ਜੁੜ ਗਏ ਸੋ ਜੁੜ ਗਏ, ਨਾਲੇ ਆਪਦੇ ਘਰਦਿਆਂ ਨੂੰ ਸਮਝਾ ਦੀ, ਜੇ ਜ਼ਿਆਦਾ ਚੂੰਚਾ ਕਰਨਗੇ ਨਾ ਤਾਂ ਚੱਕ ਕੇ ਲੈ ਜੂੰ। ਤੁਸੀਂ ਪੁਰਾਣੇ ਰਾਈਸ ਮਿੱਲ ਵਾਲੇ ਗੋਡਾਊਨ ਵਿੱਚ ਪਹੁੰਚੋ, ਉੱਥੇ ਤੁਹਾਨੂੰ ਸ਼ੇਰਾ ਮਿਲੇਗਾ, ਬਾਕੀ ਉਹ ਤੁਹਾਨੂੰ ਸਭ ਕੁਝ ਦੱਸ ਦੂਗਾ ਅੱਗੇ ਕੀ ਕਰਨਾ ਹੈ। ਦਿਲਾਵਰ, ਅੱਜ ਮੈਂ ਕੁਝ ਵੀ ਕਰਨ ਦੇ ਮੂਡ ਵਿੱਚ ਹਾਂ, ਪਰ ਕੁਝ ਕੰਮ ਅਜਿਹੇ ਨੇ ਜੋ ਸਿਰਫ ਦਿਲਾਵਰ ਹੀ ਕਰ ਸਕਦਾ ਹੈ। ਬੰਦਾ ਮਾਰਨਾ ਤੇਰਾ ਯਾਰ ਬਲਦੇਵ, ਆ ਗਿਆ ਤੇਜ, ਚੱਲ ਅੰਦਰ ਆ ਜਾ। ਕੀ ਗੱਲ ਆ, ਬੜਾ ਘਬਰਾਇਆ ਫਿਰਦਾ, ਫੋਨ ਤੇ ਵੀ ਬੜਾ ਘਬਰਾਇਆ ਸੀ। ਹੁਣ ਦੱਸ। ਕੀ ਦੱਸਾਂ, ਬਲਦੇਵ ਬਾਈ ਜੇਲ੍ਹ 'ਚ ਹੈ, ਪਤਾ ਲੱਗਿਆ ਉਹਦੀ ਜਾਨ ਨੂੰ ਵੀ ਖਤਰਾ ਹੈ, ਆਪਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ। ਕੀ ਕਰੀਏ ਬਾਈ? ਜੇਲ੍ਹ ਦਾ ਨਕਸ਼ਾ ਜਿਹਨੇ ਬਣਾਇਆ ਸੀ ਨਾ, ਉਹ ਤੋਂ ਕਢਾਉਣਾ ਪੈਣਾ। ਕਿਵੇਂ ਕਢਾਇਆ ਜਾ ਸਕਦਾ? ਉਹਨਾਂ ਸਮਿਆਂ ਚ ਬੱਸਾਂ ਵੀ ਕਿਤੇ ਕਿਤੇ ਹੁੰਦੀਆਂ ਸੀ, ਹੁਣ ਤਾਂ ਰਾਸ਼ ਹੀ ਬੜਾ ਆ। ਸਮਾਂ ਵੀ ਤੇ ਬਦਲ ਗਿਆ ਨਾ, ਉਦੋਂ ਬੜੇ ਨਕਸ਼ੇ ਬਣਾਈਦੇ ਸੀ, ਹੁਣ ਤਾਂ ਨਾ ਸੌਖਾ ਹੋ ਗਿਆ ਸਭ ਕੁਝ। ਆ ਕੰਪਿਊਟਰ ਇਹੀ ਬਣਾਈ ਜਾਂਦਾ ਘਰਾਂ ਦੇ ਨਕਸ਼ੇ। ਤੇ ਸਰ, ਤੁਸੀਂ ਕਦੇ ਆਪਣੇ ਪਾਈਪਲਾਈਨ ਫਿਟਿੰਗ ਦਾ ਕੰਮ ਵੀ ਪਲਾਨ ਕਰਦੇ ਸੀ? ਪਾਈਪਲਾਈਨ ਵਿੱਚ ਤਾਂ ਮੈਂ ਨਹੀਂ ਸੀ ਹੈਗਾ। ਹਾਂ,
ਕੁਝ ਇਮਾਰਤਾਂ ਦੇ ਪਾਣੀ ਦੇ ਨਿਕਾਸ ਦੇ ਡਿਜ਼ਾਈਨ ਤਿਆਰ ਕੀਤੇ ਸੀ। ਉਹ ਆ ਗਿਆ। ਅੱਜ ਜੋ ਮੈਂ ਕਰਨ ਜਾ ਰਿਹਾ ਸੀ ਇਹਦਾ ਅਸਰ ਪਤਾ ਨਹੀਂ ਕੀ ਹੋਣਾ ਸੀ, ਪਤਾ ਨਹੀਂ ਕਿਸ ਰਾਹ 'ਤੇ ਲੈ ਜਾਣਾ ਸੀ ਇਸ ਕਦਮ ਨੂੰ, ਇਹ ਵੀ ਪਤਾ ਨਹੀਂ ਕਿ ਅੱਗੇ ਜਾ ਕੇ ਕੀ ਹੋਣ ਜਾ ਰਿਹਾ ਸੀ। ਪਰ ਪੰਜਾਬ ਪੁਲਿਸ ਨੂੰ ਬੇਵਕੂ ਸਮਝਾ ਹੈ? ਮੇਰਾ ਨਾਂ ਥਾਣੇਦਾਰ ਜਰਨੈਲ ਸਿੰਘ ਹੈ, ਪੁੱਤਰਾ ਇੱਕ ਦਿਨ ਚ ਸਦਾ ਕਰ ਦੂ, ਚਲੋ ਪਾਓ ਲੋ ਮੈਨੂੰ, ਲੈ ਚਲੋ ਥਾਣੇ।
ਆਪਾਂ ਚੱਲ। ਨਿਮੀ ਤੂੰ ਕੀ ਲੋੜ ਸੀ ਇਹ ਸਭ ਕਰਨ ਦੀ? ਨਿਮੀ ਮੈਂ ਕੱਲੀ ਕਿੱਦਾਂ ਜੀਵਾਂਗੀ? ਤੂੰ ਰੋ ਨਾ, ਮੈਂ ਜਲਦੀ ਵਾਪਸ ਆ ਜਾਣਾ, ਤੂੰ ਰੋਈ ਨਾ, ਚੱਲੀਏ। ਮੈਂ ਆ ਜਾਣਾ, ਮੈਂ ਛੇਤੀ ਆਊਂਗਾ ਨਾ, ਤੂੰ ਫਿਕਰ ਨਾ ਕਰੀ ਨਿਮੀ। ਸਭ ਕੁਝ ਬਹੁਤ ਤੇਜ਼ੀ ਨਾਲ ਬਦਲ ਰਿਹਾ ਸੀ। ਹਰ ਚੀਜ਼ ਨੇ ਜਿਵੇਂ ਇੱਕ ਰਫਤਾਰ ਫੜ ਲਈ ਸੀ। ਫਿਕਰ ਮੈਨੂੰ ਆਪਣਾ ਨਹੀਂ, ਉਹਨਾਂ ਦਾ ਸੀ ਜਿਨ੍ਹਾਂ ਨੂੰ ਮੈਂ ਪਿੱਛੇ ਛੱਡ ਆਇਆ ਸੀ। ਕੀ ਚਾਹਦਾ ਬੰਦਿਆਂ ਵਾਂਗੂ ਖੜ, ਡੰਡਾ ਦੇਖਿਆ ਇਹਦੇ ਨਾਲ ਅੱਖਾਂ ਬਾਹਰ ਆ ਜਾਂਦੀਆਂ। ਜਨਾਬ ਆ ਗਏ, ਹੁਣ ਤੂੰ ਆ ਗਿਆ ਇੱਥੇ, ਬੰਦਾ ਬਣ ਕੇ ਰਹੀ। ਬਾਕੀ ਮੋਰ ਤੈਨੂੰ ਅਸੀਂ ਬਣਾ ਦਿਆਂਗੇ। ਆ ਕੜੀ, ਕੜਾ, ਆ ਕੱਪੜੇ, ਸਾਰਾ ਸਮਾਨ ਇੱਥੇ ਰੱਖ ਦਿੱਤੇ। ਆ ਚੱਲ। ਚੱਲ ਅੰਦਰ, ਅੱਜ ਤੋਂ ਇਹ ਤੇਰਾ ਸੈੱਲ ਹੈ। ਮੈਂ ਇੱਥੋਂ ਦਾ ਵਾਰਡਨ, ਵਾਰ ਡੌਨ। ਇੱਥੇ ਇੱਕ ਭੂਤਨੀ ਬਹੁਤ ਨੇ, ਮੈਂ ਵੀ ਇੱਕ, ਉਹ ਵੀ ਵੱਡਾ, ਸੋ ਡਿਸਿਪਲਿਨ। ਮੈਂ ਕੁੰਨਾ ਤੇਰਾ ਰੂਮਮੇਟ, ਪਰ ਇਹ ਪੀ ਜੀ ਨਹੀਂ, ਜੇਲ ਹੈ। ਹਵਾਲਾਤ। ਮੈਂ ਤੇਜਵੀਰ। ਕੀ ਕਰਕੇ ਆਇਆ ਅੰਦਰ? ਕੁਛ ਕੀਤਾ ਵੀ ਕਿ ਇੱਦਾਂ ਹੀ? ਪੈਸੇ ਲੁੱਟੇ ਸੀ। ਬੈਂਕ ਲੁੱਟਿਆ? ਲੁੱਟਿਆ ਨਹੀਂ, ਬੰਦਾ ਮਾਰਿਆ ਹੈ ਨਾ? ਜਾਂ ਸੌਂਦਾ ਜਾ ਕੇ, ਸਵੇਰੇ ਗੱਲ ਕਰਾਂਗੇ। ਮੈਂ ਸੌਂਦਾ ਨਹੀਂ। ਚਲੋ ਉੱਠੋ। ਓਏ
ਦੇਰ ਹੋ ਗਈ, ਉੱਡ ਜਾ ਹੁਣ। ਸਾਲਾ ਸਾਲਾ ਕਹਿੰਦਾ ਮੈਂ ਤਾਂ ਸੌਂਦਾ ਨਹੀਂ। ਓਏ ਹਾਂ ਨਵਾਂ ਹੈ? ਕੱਲ ਹੀ ਆਇਆ। ਬਾਹਰ ਜਾਣ ਦਾ ਰਸਤਾ ਐ ਨਹੀਂ, ਐ ਦੀ ਹੈ। ਮਾਰੀ ਉਡਾਰੀ ਬਿਟਮਰੀ ਮਾਰੀ ਉਡਾਰੀ। ਕਿਵੇਂ ਆ ਬਾਈ ਜੀ, ਕਿਵੇਂ ਆ ਜੀ? ਉਹ ਤੂੰ ਤੂੰ ਤਾਂ ਬਾਹਰ ਸੀ ਨਾ? ਉਹ ਆਹੋ ਜੀ, ਕਹਿਣ ਨੂੰ ਤਾਂ ਆਪਾਂ ਦੋਵੇਂ ਬਾਹਰ ਸੀ, ਪਰ ਦੇਖ ਲਓ ਇੱਕੋ ਦਿਨ ਇੱਕੋ ਜੇਲ੍ਹ 'ਚ ਆਪਾਂ ਦੋਵੇਂ ਆ ਗਏ। ਵੈਸੇ ਮਾਈ ਸੈਲਫ ਟਿਮਰੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੇਜਵੀਰ। ਤੇਜਵੀਰ ਵੀਰੇ, ਦੇਖ ਲਾ ਕਿਸਮਤ ਦੀਆਂ ਖੇਡਾਂ, ਸਾਲੀ ਕਦੋਂ ਕਿੱਥੇ ਚੌਕੇ ਮਾਰੇ ਕੁਝ ਪਤਾ ਨਹੀਂ ਲੱਗਦਾ। ਕੱਲ੍ਹ ਤੱਕ ਆਪਾਂ ਬਾਹਰ ਸੀ ਆਜ਼ਾਦ ਪੰਛੀ, ਅਤੇ ਅੱਜ ਇਸ ਚਾਰ ਦੀਵਾਰੀ ਦੇ ਅੰਦਰ। ਪਰ ਇੱਕ ਗੱਲ ਦੱਸਾਂ, ਮੈਂ ਇੱਥੇ ਜ਼ਿਆਦਾ ਦੇਰ ਨਹੀਂ ਟਿਕਣਾ, ਇੱਥੋਂ ਫੁਰ ਉਡਾਰੀ ਮਾਰ ਜਾਣੀ ਬਸ। ਜੇਲ੍ਹ ਤੋੜ ਕੇ ਅਤੇ ਹੋਰ ਸਭ ਦੀਆਂ ਧੌਣਾਂ ਤੋੜ ਕੇ ਐਡਾ ਭਲਵਾਨ ਲੱਗਦਾ ਮੈਂ। ਦਰਅਸਲ ਵੀਰੇ, ਬਾਹਰ ਲੋੜ ਆ ਮੇਰੀ ਕਿਸੇ ਨੂੰ, ਇੱਥੇ ਅੰਦਰ ਨਹੀਂ। ਅੱਛਾ ਯਾਰ, ਲੋੜ ਤਾਂ ਤੇਰੀ ਵੀ ਹੋਊ ਕਿਸੇ ਨਾ ਕਿਸੇ ਨੂੰ ਬਾਹਰ। ਜੇ ਇੰਨਾ ਸੌਖਾ ਹੁੰਦਾ ਨਾ ਇਹ ਕੰਮ, ਤਾਂ ਹੁਣ ਤੱਕ ਜਿਹੜੇ ਅੰਦਰ ਹੈ ਸਾਰੇ ਬਾਹਰ ਹੁੰਦੇ। ਤੂੰ ਚਿੰਤਾ ਕਾਹਤੋਂ ਕਰਦਾ ਹੈ ਬਾਈ, ਔਖਾ ਔਖਾ ਇੱਥੇ ਕੁਝ ਨਹੀਂ, ਬਸ ਹਿੰਮਤ ਕਲਾ ਹੋਣੀ ਚਾਹੀਦੀ ਆ। ਮਾਰ ਮਾਰ ਢਿਮਰੀਆਂ ਘੁਮਾ ਦੇਣਗੇ ਤੇਰੀਆਂ ਢਿਮਰੀ। ਬਾਈ ਤੂੰ ਤਾਂ ਡਰਾਉਣ ਹੀ ਲੱਗ ਪਿਆ ਯਾਰ, ਤੂੰ ਹੀ ਤਾਂ ਹੈ ਜਿਹੜਾ ਮੈਨੂੰ ਜਾਣਦਾ ਹੈ ਇੱਥੇ। ਤੂੰ ਜਾਣਦਾ ਮੈਨੂੰ? ਓ ਯਾਰ, ਓ ਹੈਲੋ ਬਾਈ, ਗੱਲ ਤਾਂ ਸੁਣ, ਤੂੰ ਮੈਨੂੰ ਸ਼ਕਲੋਂ ਦਿਮਾਗੀ ਲੱਗਦਾ ਅਤੇ ਮੈਂ ਸਿਰੇ ਦਾ ਮੂਰਖ, ਮੈਨੂੰ ਕੀ ਪਤਾ ਯਾਰ। ਕੋਈ ਇਹੋ ਜਿਹੀ ਸਕੀਮ ਲਾ ਕੇ ਆਪਾਂ ਦੋਵੇਂ ਇੱਥੋਂ ਨਿਕਲ ਚੱਲੀਏ। ਯਾਰ ਤੂੰ ਮੇਰੀ ਗੱਲ 'ਤੇ ਮੰਨ, ਕੋਈ ਨਾ ਕੋਈ ਰਾਹ 'ਤੇ ਹੋਊ, ਬਸ ਤੂੰ ਮੇਰਾ ਸਾਥ ਦੇ, ਫਿਰ ਵੇਖੀ। ਹੋਰ ਕੋਈ ਗਾਣਾ ਗਾਵਾਂ? ਉਹ ਦੱਸ ਦੋ, ਉਹ ਹੋਰ ਕੋਈ ਸੁਣਨਾ? ਕਿਹੜਾ ਸੁਣਨਾ ਆ? ਉਹ ਚਮਕੀਲਾ, ਉਹ ਚਮਕੀਲਾ ਲੈ ਸੁਣ ਪੇ, ਹੋ ਇੱਕ ਗੱਲ ਸੁਣ, ਡਾਕਟਰ ਨੇ ਇੱਕ ਕੰਨ ਕਰਕੇ ਕੀ ਕਹਿੰਦੀ ਆ? ਉਹ ਬੰਦ ਬੋਤਲੇ ਮੈਂ ਪੀਲਾ ਗੁੱਟ ਭਰ ਕੇ ਪੀ ਕਹਿੰਦੀ ਆ? ਉਹ ਮੇਰਾ ਦਿਲ ਡਰਦਾ ਨੀ ਥੋੜਾ ਜਿਹਾ, ਡਰਦਾ ਨੀ ਪਿੰਡ ਵੈਰ ਪਵਾ ਲਿਆ ਸਾਰਾ, ਕੱਲ ਭਾਵੇਂ ਚਿੰਦ ਕੱਢ ਲੈ, ਅੱਜ ਛੱਡ ਦੇ ਭਲਾ ਜੇ ਤਾਰਾ। ਉਹ ਫਰਮੈਸ਼ਾਂ ਦਾ ਇੱਕ ਇੱਕ ਟੱਪਾ ਹੀ ਆਉਂਦਾ ਬਈ, ਹੋਰ ਦੱਸੋ ਕੋਈ। ਇਹ ਕੰਜਰਖਾਨਾ ਤਾਂ ਸਾਰੀ ਦੁਨੀਆ ਹੀ ਗਾਈ ਜਾਂਦੀ ਹੈ, ਜੇ ਕਰਨੀ ਹੈ ਕੋਈ ਉਹਦੀ ਇਬਾਦਤ ਵਿੱਚ ਰੰਗੀ ਹੋਈ ਗੱਲ ਕਰ। ਕਮਲੇ ਲੈਣ ਜਾਣੇ ਕਿਤੋਂ, ਇੱਥੇ ਅੰਦਰ ਹੀ ਬਥੇਰੇ ਆ, ਸਾਰਾ ਸਰੂਰ ਹੀ ਖਰਾਬ ਕਰਤਾ। ਓਏ ਹਾਂ, ਹੋਰ ਸੁਣਾਓ ਕੋਈ। ਤੇਜ ਬਾਈ, ਉਹ ਤੇਜ ਬਾਈ, ਉਹ ਖੜ ਜਾ ਯਾਰ, ਉਹ ਮੰਨ ਜਾ ਬਾਈ,
ਉਹ ਇੰਨਾ ਟਾਈਮ ਤੇ ਰੂਸੀ ਸਹੇਲੀ ਨਹੀਂ ਲੈਂਦੀ ਮੰਨਣ ਲੱਗਿਆ। ਉਹ ਬਾਈ ਇਹ ਹੱਥ ਥੋੜਾ, ਇਹ ਤੇ ਖੁਦਾਈ ਕਰਨ ਵਾਲੀ ਮਸ਼ੀਨ ਆ ਤੇ ਆਪਾਂ ਪਰ ਕੀ ਗੱਲ ਬਾਈ ਹੈ, ਤਕਲੀਫ ਹੈ ਕੋਈ? ਕੀ ਗੱਲ ਹੈ ਦੱਸਾਂ ਮੈਂ ਤੈਨੂੰ ਕੀ ਗੱਲ ਹੈ? ਕਾਕਾ ਕਿਸੇ ਗਲਤ ਫਹਿਮੀ 'ਚ ਨਾ ਰਹੀਂ, ਤੇਰੇ ਪਿਓ ਦਾ ਘਰ ਨਹੀਂ ਜੇਲ੍ਹ ਹੈ। ਕੀ ਨਾਂ ਤੇਰਾ? ਤੇਜ ਵੀ ਬੜਾ ਤੇਜ ਹੈ। ਕਦ ਭੱਜਣ ਦੀ ਤਿਆਰੀ ਹੈ? ਭੱਜਣ ਦੀ ਤਿਆਰੀ? ਬਹੁਤਾ ਬਕਵਾਸ ਨਾ ਕਰ, ਤੇਰੀਆਂ ਤਾਂ ਸਾਲੇ ਘੋਗੜ ਜਿਹੇ ਦੀਆਂ ਗੱਲਾਂ ਤਾਂ ਮੈਂ ਪਹਿਲਾਂ ਹੀ ਸੁਣ ਲਈਆਂ ਸੀ। ਉਹ ਮੈਂ ਨਹੀਂ, ਉਹ ਟਿਬਰੀ ਬੋਲ ਰਿਹਾ ਸੀ। ਫਿਰ? ਫਿਰ ਕੀ, ਉਹ ਐਵੇਂ ਬੇਵਜ੍ਹਾ ਬਕਵਾਸ ਕਰ ਰਿਹਾ ਸੀ। ਜਾਓ ਉਹ ਟਿਮਰੀ ਨਾਲ ਗੱਲ ਕਰੋ। ਲਿਆਈਏ ਉਹਨੂੰ ਵੀ, ਲੈ ਉਹ ਸਾਲੇ ਟਿਮਰੀ ਨੂੰ ਵੀ, ਚੱਲ ਰੁਕ ਜਾ ਰੁਕ ਜਾ। ਬਾਬਾ ਜੀ ਕਿੱਦਾਂ ਜੀ? ਕੀ ਲਿਆ ਪਾਣੀ, ਕੌਣ ਹੈ ਬਈ? ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਟਿਮਰੀ। ਦੱਸ ਬਾਈ ਕੀ ਭੌਂਕਦਾ? ਚੁੱਪ ਓਏ, ਇਹ ਦੱਸ ਕਦੋਂ ਭੱਜਣਾ? ਮੈਂ ਬਾਈ ਜੀ ਇਹਨੂੰ ਕੌਟਿਲਾ ਛੱਡੇ, ਮੈਂ ਕਿੱਥੋਂ ਭੱਜਣਾ? ਮੇਰਾ ਕਸੂਰ ਤੇ ਦੱਸੋ। ਤੁਸੀਂ ਦੋਨੀ ਰਾਤੀ ਭੱਜਣ ਦਾ ਪ੍ਰੋਗਰਾਮ ਬਣਾ ਰਹੇ ਸੀ ਨਾ? ਅੱਛਾ, ਓ ਇੱਕ ਮਿੰਟ ਬਾਈ ਜੀ, ਇੱਕ ਮਿੰਟ ਇੱਕ ਮਿੰਟ, ਛੱਡੀਆ ਕੀ ਆਖਾਂ। ਦਰਅਸਲ ਬਾਈ ਜੀ ਇਸ ਨਗਰੀ ਮੇਰਾ ਜੀ ਨਹੀਂ ਲੱਗਦਾ, ਇੱਕ ਚੜ੍ਹਦੀ ਇੱਕ ਲਹਿੰਦੀ ਹੈ, ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਆ। ਓਏ ਚੁੱਪ ਕਰ ਜਾ ਓਏ, ਸਿੱਧੀ ਤਰ੍ਹਾਂ ਦੱਸ ਦੇ ਨਹੀਂ ਤਾਂ ਮੈਂ ਤੇਰਾ ਸਿਰ ਪਾੜ ਦੂੰ। ਇੱਕ ਵਾਰ ਮੈਨੂੰ ਫਰਾਰ ਕਰਵਾ ਦਿਓ, ਮੈਂ ਸਾਰੀ ਜ਼ਿੰਦਗੀ ਤੁਹਾਡਾ ਅਹਿਸਾਨ ਨਹੀਂ ਭੁੱਲਾਂਗਾ ਬਾਈ ਜੀ, ਇੱਕ ਵਾਰ ਮੈਨੂੰ ਫਰਾਰ ਕਰਾ ਦਿਓ ਬਸ। ਕਿੱਦਾਂ ਕਰਨੀ? ਛੱਡ ਦੋ, ਐ ਤਾਂ ਨਹੀਂ ਇਕੱਲਾ ਜਾਂਦਾ ਪੁੱਤ। ਵਾਹ ਗੁਰੂ, ਬਚਾ ਲਿਆ ਬਾਬੇ ਨੇ, ਹੁਣ ਤਾਂ ਬਚ ਗਿਆ ਪੁੱਤ, ਪਰ ਤੈਨੂੰ ਹੁਣ ਬਖਸ਼ਣਾ ਨਹੀਂ। ਠੀਕ ਆ ਜੀ। ਟਿਮਰੀ, ਪਤਾ ਕਰ ਬਲਦੇਵ ਨਾਮ ਦਾ ਸ਼ਖਸ ਜੇਲ੍ਹ 'ਚ ਕਿੱਥੇ ਹੋਊਗਾ। ਪੂਰੇ ਇੱਕ ਸਾਲ ਬਾਅਦ ਤੈਨੂੰ ਸੈਂਟਰ ਸੈੱਲ 'ਚ ਰੱਖਿਆ, ਜੇ ਕੋਈ ਗੜਬੜ ਕੀਤੀ ਨਾ ਤਾਂ ਸੋਚ ਲਈ, ਸਮਝ ਗਿਆ?
ਇਹਦਾ ਇਲਾਜ ਵੀ ਮੇਰੇ ਕੋਲ ਹੈਗਾ। ਕੁਛ ਅਜੀਬ ਲੋਕ ਜੁੜ ਰਹੇ ਸੀ ਪਰ ਬਾਕੀ ਸਭ ਕੁਝ ਤਾਂ ਠੀਕ ਹੀ ਚੱਲ ਰਿਹਾ ਸੀ। ਪਰ ਹੁਣ ਸਮਾਂ ਸੀ ਸਭ ਕੁਝ ਇਕੱਠਾ ਕਰਕੇ ਤੁਰਨ ਦਾ, ਨਾਲੇ ਆਪਣੇ ਪਲੈਨ ਨੂੰ ਇੱਕ ਰੂਪ ਦੇਣ ਦਾ, ਉਸ ਉਮੀਦ ਦੀ ਭਾਲ ਵਿੱਚ। ਵੀਰੇ ਤੇਜਵੀਰ ਤੂੰ? ਹਾਂ ਵੀਰੇ ਮੈਂ। ਤੂੰ ਇੱਥੇ ਜੇਲ੍ਹ ਵਿੱਚ ਕੀ ਗੱਲ ਹੋਈ? ਕੋਈ ਗੱਲ ਨਹੀਂ ਵੀਰੇ, ਮੈਂ ਇੱਥੇ ਆ ਪਾਇਆ ਤੈਨੂੰ ਲੈਣ ਲਈ। ਮੈਨੂੰ ਲੈਣ ਲਈ? ਤੇਰਾ ਦਿਮਾਗ ਠੀਕ ਆ? ਮਜਬੂਰੀ ਸੀ ਵੀਰੇ, ਹੋਰ ਕੋਈ ਚਾਰਾ ਵੀ ਨਹੀਂ ਸੀ। ਓਏ ਕੰਮ ਕਰੋ ਆਪਣਾ। ਹੁਣ ਲੰਬੀ ਗੱਲ ਕਰਨ ਦਾ ਇੱਥੇ ਜ਼ਿਆਦਾ ਟਾਈਮ ਨਹੀਂ ਹੈ। ਮੁਕਦੀ ਜੀ ਗੱਲ, ਮੰਤਰੀ ਨੇ ਅੰਦਰ ਬੰਦਾ ਭੇਜਿਆ ਤੁਹਾਨੂੰ ਮਾਰਨ ਦੇ ਲਈ। ਨਾਲੇ ਮੈਂ ਪਲੈਨਿੰਗ ਕਰ ਰਿਹਾ, ਹੁਣ ਆਪਾਂ ਜ਼ਿਆਦਾ ਚਿਰ ਅੰਦਰ ਨਹੀਂ ਰਹਿਣਾ। ਓਏ ਕੀ ਚੌਂਚਾ ਲਾਈ ਹੈ, ਕੰਮ ਕਰੋ। ਚਲੋ ਚਲੋ। ਕਿਆ ਆ ਗਈ ਨਾ ਫਿੱਟ? ਕਿਆ ਬਤਾ ਬਾਈ। ਚੱਲ ਫਿਰ ਹੁਣ ਤੂੰ ਨਿਗਾਹ ਮਾਰ ਕੇ ਆ, ਸਾਲਿਆ ਜੇ ਕੋਈ ਆ ਗਿਆ ਨਾ ਤਾਂ ਇੱਥੇ ਦੱਬੇ ਜਾਵਾਂਗੇ। ਉਹ ਮਾਰ ਲਈਆ ਨਿਗਾਹ, ਤੂੰ ਲੱਗਾ ਰਹਿ। ਨਾਲੇ ਬਾਈ ਨਿਗਾਹ ਕੋ ਮਾਰਨ ਵਾਲੀ ਚੀਜ਼ ਆ, ਮਾਰਨ ਵਾਲੀ ਚੀਜ਼ ਤੇ ਆਖਿਆ। ਚੱਲ ਫਿਰ, ਇਸ ਟਾਈਮ ਤਾਂ ਇਹ ਪਾਈਪ ਵੀ ਮੌਤ ਦਾ ਮੂੰਹ ਹੈ, ਨਾਲੇ ਹਜੇ ਇੱਕ ਹੋਰ ਕੰਮ ਵੀ ਬਾਕੀ ਹੈ। ਸਮਝਿਆ? ਉਹ ਕਿਵੇਂ ਕਰਨਾ ਹੈ ਉਹ ਨਹੀਂ ਪਤਾ। ਹਾਂ ਬਈ, ਕਿਉਂ ਪੁੱਤ ਇਕੱਲੇ ਹੀ? ਨਿਗਾਹ ਨਹੀਂ ਨਾ ਰੱਖਦਾ ਤੂੰ? ਨਾਲ ਰੱਖੋਗੇ ਕਿ ਕਰ ਦਵਾਂ ਤੁਹਾਡਾ ਵੀ ਕੰਮ ਘੜੇ 'ਚ? ਕੰਮ ਕਾਹਨੂੰ ਘੜੇ 'ਚ ਕਰਨਾ ਬਾਈ ਜੀ,
ਇਹਨੇ ਤਾਂ ਮੈਨੂੰ ਕੋਈ ਪਲੈਨ ਹੀ ਨਹੀਂ ਸੀ ਦੱਸਿਆ, ਅੱਜ ਹੀ ਤਾਂ ਸਾਡੀ ਗੱਲ ਹੋਈ ਸਾਰੀ। ਗੁੱਸਾ ਨਹੀਂ ਕਰਨਾ, ਵੇਖੋ ਗੁੱਸਾ ਇੰਝ ਕਰੋ, ਇਹਦੇ 'ਚ ਥੁੱਕ ਦਿਓ, ਥੂ ਕਰ ਦਿਓ, ਸੁੱਟ ਮੈਂ ਇਹਨੂੰ ਆਪੇ ਹੀ ਦਊਂਗਾ। ਹੁਣ ਤੂੰ ਸਾਡਾ ਪਿੱਛਾ ਤਾਂ ਛੱਡਣਾ ਨਹੀਂ, ਚੱਲ ਅੱਜ ਤੋਂ ਇਹ ਵੀ ਆਪਣੇ ਨਾਲ ਹੈ। ਕਦੋਂ ਨਿਕਲਣਾ ਫਿਰ ਇੱਥੋਂ? ਜਦੋਂ ਇਹ ਰਾਸਤਾ ਖੁੱਲ੍ਹੇਗਾ, ਉਸ ਪਾਈਪ ਦਾ ਮੂੰਹ ਦੂਜੇ ਵਾਰਡ ਵਿੱਚ ਖੁੱਲ੍ਹਦਾ ਹੈ, ਅਤੇ ਉੱਥੋਂ ਬਾਹਰ ਜਾਣ ਦੇ ਹੋਰ ਵੀ ਬਹੁਤ ਰਾਸਤੇ ਨੇ। ਆਹ ਜਿਹੜੇ ਟਰੱਕ ਆਏ ਸੀ ਉਹਨਾਂ ਦੇ ਨਾਲ ਕਿਉਂ ਨਹੀਂ ਨਿਕਲ ਗਿਆ ਤੂੰ? ਜਿੱਥੋਂ ਬਾਹਰ ਨਿਕਲਣਾ ਇੰਨਾ ਹੀ ਆਸਾਨ ਹੁੰਦਾ ਨਾ, ਤੂੰ ਅੱਜ ਤੋਂ ਕਦ ਤੱਕ ਦਾ ਫਰਾਰ ਹੋ ਚੁੱਕਿਆ ਹੁੰਦਾ। ਚਲੋ ਮੈਂ ਅਤੇ ਮੇਰੇ ਬੰਦੇ ਤੁਹਾਡਾ ਇੰਤਜ਼ਾਰ ਕਰਾਂਗੇ। ਤੇਰੇ ਬੰਦੇ? ਸਿਰਫ ਤੂੰ। ਕੀ ਮੈਂ? ਕਿਉਂ? ਕਿਉਂਕਿ ਇਸ ਪਲੈਨ ਵਿੱਚ ਜਿੰਨੇ ਵੀ ਤੂੰ ਹੋਰ ਬੰਦੇ ਇਕੱਠੇ ਕਰੇਗਾ, ਇਹ ਪਲੈਨ ਵੀਕ ਹੋਏਗਾ, ਨਾਲੇ ਸਾਨੂੰ ਤੇਰੀ ਮਦਦ ਦੀ ਲੋੜ ਹੈ, ਸਮਝਿਆ? ਕਿਹੜੀ ਮਦਦ? ਕਿਉਂਕਿ ਇਹ ਕੰਮ ਸਿਰਫ ਰਾਤ ਨੂੰ ਸੌਣ ਤੋਂ ਬਾਅਦ ਹੀ ਹੋ ਸਕਦਾ, ਦਿਨੇ ਨਹੀਂ। ਫਿਰ? ਮੈਨੂੰ ਉਹ ਚਾਬੀ ਚਾਹੀਦੀ ਹੈ, ਮਾਸਟਰ ਕੀ, ਜਿਹੜੀ ਉਹ ਗਾਰਡ ਦੀ ਜੇਬ 'ਚ ਟੰਗੀ ਹੁੰਦੀ ਹੈ, ਜਿਸ ਦੇ ਨਾਲ ਮੈਂ ਆਪਣੇ ਵਾਰਡ ਦਾ ਲੌਕ ਖੋਲ੍ਹ ਸਕਾਂ। ਚਾਬੀ ਤਾਂ ਤੈਨੂੰ ਮੈਂ ਲਿਆ ਦਊਂ ਅਤੇ ਨਾਲੇ ਬਣਾ ਵੀ ਦਊਂਗਾ। ਉਹ ਬਾਈ ਇੰਨੀ ਫੁਕਰੀ ਥੋੜ੍ਹੀ ਮਾਰੀ ਦੀ ਹੁੰਦੀ ਹੈ, ਨਾਲੇ ਇੰਨਾ ਮੂੰਹ ਅੱਡੋ ਨਾ ਅਤੇ ਮੂੰਹ 'ਚ ਹਵਾੜੀ ਨਿਕਲਣੀ ਭਾਜੀ। ਚਾਬੀ ਚਾਹੀਦੀ ਹੈ ਅੱਜ ਹੀ। ਨਾਲੇ ਗੁੱਸਾ ਕਰਨ ਦੀ ਕੀ ਲੋੜ ਹੈ, ਹੁਣ ਤਾਂ ਆਪਾਂ ਯਾਰ ਦੋਸਤ ਹਾਂ ਨਾ, ਹੈ ਨਾ? ਪੱਕੇ ਜੁੱਟ, ਹੱਥ ਸੁੱਟ। ਅੱਜ ਹੀ? ਮੈਂ ਹਜੇ ਹੋਰ ਵੀ ਕੰਮ ਕਰਨੇ ਨੇ। ਚੱਲ ਟਿਮਰੀ ਤੂੰ ਮੇਰੇ ਨਾਲ ਚੱਲ, ਨਾਲੇ ਅੱਜ ਆਪਾਂ ਮਿਲਦੇ ਹਾਂ ਰਾਤ ਨੂੰ ਖਾਣੇ 'ਤੇ। ਸੁਬਹਾ ਕਾ ਖਾਣਾ ਦਿੱਲੀ ਮੇਂ ਔਰ ਰਾਤ ਕਾ ਖਾਏਂਗੇ ਜੈਸਲਮੇਰ ਮੇਂ। ਹਾਂ ਸੋਚੀ ਇਹਨੇ? ਬਸ ਕੁਝ ਨਹੀਂ। ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਜਿਹੜਾ ਤੂੰ ਸੋਚ ਰਿਹਾ। ਕਦੀ ਕਦੀ ਤੇਰੀ ਭਾਬੀ ਦੀ ਚਿੰਤਾ ਹੋ ਜਾਂਦੀ ਹੈ। ਉਹਦੀ ਫਿਕਰ ਤੂੰ ਨਾ ਕਰ ਵੀਰੇ, ਉਹ ਬਿਲਕੁਲ ਠੀਕ ਹੈ, ਨਾਲੇ ਬਸ ਕਦੇ ਕਦੇ ਉਹ ਤੇਰਾ ਫਿਕਰ ਬਹੁਤ ਕਰਦੀ ਹੈ। ਘਰੇ ਪੈਸੇ ਦੀ ਕਮੀ ਹੋਣ ਕਾਰਨ ਅਸੀਂ ਤੇਰੇ ਕੇਸ ਦੀ ਬਹੁਤੀ ਪੈਰਵਾਈ ਤਾਂ ਨਹੀਂ ਕਰ ਸਕੇ।
ਪੈਸੇ ਦੀ ਕਮੀ ਤਾਂ ਪਤਾ ਹੀ ਸੀ। ਨਾਲੇ ਤੂੰ ਕਹਿੰਦਾ ਸੀ ਤੇਰੇ ਕੋਲ ਕੋਈ ਤਰੀਕਾ ਹੈ ਬਾਹਰ ਜਾਣ ਦਾ। ਹਾਂ, ਬਸ ਇਸੇ ਕਰਕੇ ਤਾਂ ਮੈਂ ਇੱਥੇ ਆਇਆ। ਬਸ ਆਪਾਂ ਪੁਰਾਣੀ ਕੋਠੜੀ ਕੋਲ ਜਾ ਕੇ ਬਾਹਰ ਜਾਣ ਦਾ ਰਾਸਤਾ ਲੱਭਣਾ। ਬਸ ਤੂੰ ਫਿਕਰ ਨਾ ਕਰ, ਪਰਸੋਂ ਨੂੰ ਦੁਪਹਿਰੇ ਮੈਨੂੰ ਪੁਰਾਣੀ ਕੋਠੜੀ ਵਾਲੇ ਗਟਰ ਕੋਲ ਮਿਲ। ਬਾਕੀ ਅੱਗੇ ਆਪਾਂ ਕੀ ਕਰਨਾ ਉਹ ਮੈਂ ਤੁਹਾਨੂੰ ਦੱਸਾਂਗਾ। ਨਿਗਾ ਰੱਖੋ। ਉਹ ਛੱਡ ਬਾਈ, ਅੱਧੀ ਰਾਤ ਨੂੰ ਇੱਥੇ ਕਿੰਨੇ ਆਉਣਾ। ਅੱਛਾ ਵੇਖਦਾ, ਬਹੁਤਾ ਹੀ ਗੁੱਸਾ ਭੈੜਾ ਤੇਰਾ, ਐਵੇਂ ਡਰੀ ਜਾਂਦਾ। ਆ ਫੜ। ਕੀ? ਆ ਫੜ ਯਾਰ। ਅੱਛਾ ਬਾਬਾ, ਉਹ ਗੱਲ ਸੁਣ ਪਾਊ, ਜੇ ਅੱਗੋਂ ਵੀ ਬੰਦ ਹੋਇਆ ਫੇਰ? ਜੇ ਸ਼ਕਲ ਨਹੀਂ ਨਾ ਚੱਜਦੀ ਤਾਂ ਗੱਲ ਚੱਜਦੀ ਕਰ ਲਿਆ ਕਰੋ। ਚੰਗਾ ਠੀਕ ਆ, ਜਾ ਸਹੀ, ਅੱਗੇ ਫਿਰ ਤੈਨੂੰ ਸੋਹਣੀਆਂ ਸੋਹਣੀਆਂ ਕੁੜੀਆਂ ਹੀ ਡੀਕਦੀਆਂ ਹੋਊ। ਫੇਰ ਵੀ ਔਖਾ ਵੇਂਦਾ, ਹੁਣ ਇਹ ਤੋਂ ਚੰਗੀ ਗੱਲ ਕੀ ਕਰਾਂ। ਉਸ ਦਿਨ ਉਹ ਰਾਸਤਾ ਦੇਖਿਆ ਤਾਂ ਮੈਨੂੰ ਇੱਕ ਉਮੀਦ ਨਜ਼ਰ ਆਈ, ਪਰ ਉਸ ਉਮੀਦ ਨਾਲ ਬਹੁਤ ਕੁਛ ਬੱਝਾ ਸੀ। ਸ਼ਾਇਦ ਉਹ ਸਹੀ ਸਮਾਂ ਨਹੀਂ ਸੀ ਅੱਗੇ ਵਧਣ ਦਾ, ਮੈਨੂੰ ਇੱਕ ਸਹੀ ਵਕਤ ਦੀ ਉਡੀਕ ਸੀ। ਕੋਈ ਆ ਗਿਆ, ਖੋਲ ਦੇ। ਓ ਯਾਰ, ਓ ਪਹਿਲੇ ਦੱਸ ਗੱਲ ਬਣੀ? ਤੇ ਫੇਰ ਯਾਰ ਮੈਨੂੰ ਉਦੋਂ ਦਾ ਐਵੇਂ ਸੁੱਕਣੇ ਪਾਇਆ ਈ। ਇੱਕ ਦਿਨ ਚ ਥੋੜਾ ਬਣ ਜੂਗੀ ਗੱਲ, ਤੇ ਹੋਰ ਇੱਥੇ ਉਮਰਾਂ ਲੱਗਣੀਆਂ। ਉਮਰ ਕੈਦ ਦੀ ਸਜ਼ਾ ਤੇ ਮਿਲੀ ਆ, ਫਿਰ ਕਿਹੜੇ ਪੰਗਿਆਂ ਚ ਪਾਇਆ ਯਾਰ।
ਕੀ ਬਣਿਆ ਪਲੈਨ ਦਾ? ਬੜ ਰਿਹਾ, ਸਬਰ ਰੱਖ। ਓਏ, ਮੇਰੇ ਨਾਲ ਕਿਸੇ ਤਰ੍ਹਾਂ ਦਾ ਡਰਾਮਾ ਨਾ ਕਰੀ। ਉਹ ਕਿਹੜਾ ਡਰਾਮਾ? ਕਿਸੇ ਤਰ੍ਹਾਂ ਦੀ ਚਲਾਕੀ ਨਹੀਂ, ਨਹੀਂ ਤਾਂ ਮੇਰੇ ਬੰਦੇ ਤੈਨੂੰ ਗਾਇਬ ਕਰ ਦੇਣਗੇ, ਉਹ ਵੀ ਬਿਨਾਂ ਕਿਸੇ ਸਵਾਲ ਤੋਂ। ਕੀ ਚਾਹੀਦਾ ਕੀ ਹੈ ਤੈਨੂੰ? ਕਦ ਤੱਕ ਹੋਜੂ ਕੰਮ? ਰਾਤੀ ਕੀ ਕੀਤਾ ਹੈ? ਮੈਂ ਇੱਥੇ ਤੈਨੂੰ ਪਲੈਨ ਦੱਸਣ ਲਈ ਨਹੀਂ ਬੈਠਾ, ਤੈਨੂੰ ਕਿਹਾ ਨਾ ਜਦੋਂ ਹੋ ਜਾਏਗਾ ਦੱਸ ਦਾਂਗਾ, ਨਾਲੇ ਜ਼ਿਆਦਾ ਸਵਾਲ ਨਹੀਂ। ਫੜ ਲਓ। ਆ ਕਿੱਥੋਂ ਆ ਗਿਆ ਸਾਲਾ? ਕਿਉਂ, ਹੋ ਗਈਆਂ ਸਲਾਮਾਂ? ਕਦੋਂ ਜਾਣਾ ਫਿਰ? ਮੈਂ ਵੀ ਕਰ ਲਾਂ ਫਿਰ ਪੰਜ ਛਨਾਨਾ, ਕਿਤੇ ਇਕੱਲਿਆਂ ਨਾ ਤੁਰ ਜਿਓ, ਉਦਾਂ ਮੈਂ ਇਕੱਲਿਆਂ ਨੂੰ ਜਾਣ ਵੀ ਨਹੀਂ ਦੇਣਾ। ਸੰਭਾਲ ਇਹਨੂੰ, ਜੱਦੇ ਬਾਹਰ ਜਾਣ ਦੇ। ਇਹ ਸਾਲਾ ਹਵਾ ਕਾਹਦੀ ਕਰ ਗਿਆ? ਮੂੰਹ ਹੀ ਇਹੋ ਜਿਹਾ। ਡਰ ਗਿਆ। ਇੱਧਰ ਆ, ਤੈਨੂੰ ਗੱਲ ਦੱਸਾਂ। ਕੋਈ ਪੰਗਾ ਤਾਂ ਨਹੀਂ? ਪੰਗਾ ਤਾਂ ਹੈ। ਕੋਈ ਦਿਲ ਚ ਹੋਰ ਭੁਲੇਖਾ ਨਾ ਤਾਂ ਉਹ ਵੀ ਕੱਢ ਲੈ। ਓਏ ਆ ਕੀ? ਹਾਂ ਹਾਂ, ਸ਼ਰਮ ਤਾਂ ਨਹੀਂ ਆਉਂਦੀ? ਖਾਲੀ ਘੁੱਟ ਨਿਕਲ ਗਈ ਪਹਿਲਵਾਨੀ। ਚਲੋ ਚਲ, ਨਿਕਲ ਜਾ ਇੱਥੋਂ। ਉਹ ਹੁਣ ਸਾਡੇ ਤੇ ਰੋਹ ਮਾਰਦਾ ਹੈ। ਚਲਾ ਜਾ, ਨਹੀਂ ਤਾਂ ਮੂੰਹ ਨਾ ਤੜਾ ਲਈ। ਉਹ ਪਹਿਲਾਂ ਆਪਣਾ ਬੰਦਾ ਜੋੜ ਲਾ। ਉਹ ਕਿਆ ਬਾਤ ਹੈ ਸ਼ੇਰਾ,
इस जंगल का चीता मैं हाँ। शेर पता क्यों नहीं? क्योंकि शेर इतों का जेल रहा, पर ओनू भी गलत फहमी है। की हो रहा इत्थे? ओ यार, थोड़ा आही हाल, हमेशा वारदात तो बाद अंदर भी ते बाहर भी। मुंह बंद रख, चलो इत्थों साहब। कोई नहीं जाऊगा। देख तू साल बाद इस वार्ड च आया, हाँ? हुन दोबारा शुरू ना हो। ले मैं की क्या, मैं ता कहना तुसी भी इत्थे आ जाओ, बह जाओ, ताश खेड़दे आ कठे। सानू ऑर्डर है तुहानू सारिया नू इत्थों बाहर ले जान दा। पर इन्हां नू ऑर्डर है किसे ने इत्थों नहीं जाना। तू भड़काउणा बंद कर दे। मैं किस नू भड़काया? तू ए नहीं मंदा। इन्ना सौखा नहीं मैं। पलवानी आती है तेरे को, ले मेरे साथ कर पलवानी। हलो हलो इनू फड़ लो, इन्हों छना नहीं अज इन्हों, वो चार की है देख लो, अज हो जाओगे, चलो शाबाश हो जाओगे। आ तू शक्ल बनाई ना, इत्थे कम नहीं चलने, तू कुछ ज्यादा तेज नहीं? मैं कुछ गलत नहीं किया सर, बार कैदी पड़ गए ने। व्हाट? ओ तेज भाई चक्कर की आ, तेनू कहां तो लै गए सी चक्के? ओ भाई बार ते आग कड्डी पई सब कैदियां ने। ओ तू सब छड ते मेरे नाल चल। चलो गेट खोलो। इस तो पहला कि हरामी थोड़े दे हमला कर देन, अपने गार्ड नू कहो के आउट चले जान। बंद पीछे, बंद करो, बंद करो, जल्दी खिते नू। ओ ओ ब्रूम साहब खोलो।
ਸਰ ਹੁਣ ਇਹਨਾਂ ਦਾ ਕੀ ਕੀਤਾ ਜਾਵੇ? ਜੇ ਰੂਲਸ ਨਾ ਹੁੰਦੇ ਤਾਂ ਜੀ ਕਰਦਾ ਇਹਨਾਂ ਨੂੰ ਅੱਗ ਲਾਉਂਦਾ। ਕਿਸੇ ਨੇ ਗੋਲੀ ਨਹੀਂ ਚਲਾਉਣੀ। ਜਾਓ ਗੈਸ ਸਿਲੰਡਰ ਲੈ ਕੇ ਆਓ, ਬੇਹੋਸ਼ ਕਰੀਏ। ਸਰ ਕੋ 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 ਹਰੀਆ ਸਾਲੇ ਬੰਦਰ। ਦਿਲਾਵਰਾ, ਤੇਰਾ ਮੇਰਾ ਕੀ ਝਗੜਾ? ਝਗੜਾ ਝੁਗੜਾ ਕੋਈ ਨਹੀਂ ਓਏ, ਸਫਾਰੀ ਲਈ ਹੈ ਤੈਨੂੰ ਮਾਰਨ ਦੀ। ਤੈਨੂੰ ਕਿਹਨੇ ਦਿੱਤੀ ਆ ਸਫਾਰੀ? ਮੰਤਰੀ ਨੇ। ਤੈਨੂੰ ਪਤਾ ਹੀ ਹੈ ਦਿਲਾਵਰਾ, ਉਹਨੇ 15 ਸਾਲਾਂ ਚ ਮੈਨੂੰ ਕੁਝ ਨਹੀਂ ਦਿੱਤਾ, ਤੈਨੂੰ ਕੀ ਦੇ ਦੂਗਾ? ਉਹ ਬਹੁਤ ਕਮੀਨਾ ਬੰਦਾ ਆ, ਤੇਰੇ ਹੱਥੋਂ ਮੈਨੂੰ ਮਰਵਾ ਕੇ ਤੈਨੂੰ ਕਿਸੇ ਹੋਰ ਕੋਲੋਂ ਮਰਵਾ ਦੂਗਾ। ਤੈਨੂੰ ਕੁਝ ਨਹੀਂ ਲੱਭਣਾ। ਲੱਭਣ ਦਾ ਤੈਨੂੰ ਮੈਂ ਦੱਸਦਾ। ਕਿੰਨੀ ਸਪਾਰੀ ਦਿੱਤੀ ਤੈਨੂੰ? 1 ਕਰੋੜ। ਮੈਂ ਤੈਨੂੰ 2 ਕਰੋੜ ਦਊਂਗਾ। ਇੱਥੋਂ ਫਰਾਰ ਹੋਣਾ ਮੇਰਾ ਸਾਥ ਦੇ। ਮੈਂ ਤੈਨੂੰ ਮੰਤਰੀ ਨੂੰ ਮਾਰਨ ਦਾ 5 ਕਰੋੜ ਦਊਂਗਾ। ਮੰਤਰੀ ਦੇ ਪੈਸੇ ਨਾਲ ਮੰਤਰੀ ਮਰਵਾਏਗਾ? ਹਾਂ ਦਿਲਾਵਰਾ, ਮੰਤਰੀ ਦਾ ਮੋਟਾ ਮਾਲ ਮੇਰੇ ਕਬਜ਼ੇ ਚ ਆ। ਹਿੱਸਾ ਰੱਖੇਗਾ? ਬੋਲ। ਹਾਂ ਮਨਜ਼ੂਰ ਆ। ਲਿਆ ਪਾਨਾ ਦੇ। ਪਾਨਾ? ਪਾਨਾ ਤੇ ਵੀਰੇ ਮੈਂ ਤੈਨੂੰ ਫੜਾਇਆ ਸੀ ਨਾ। ਕਦੇ ਤਾਂ ਕੋਈ ਕੰਮ ਚੱਜ ਨਾ ਕਰ ਲਿਆ ਕਰੋ, ਫੇਰ ਗਲਤੀ, ਹਰ ਵਾਰੀ ਗਲਤੀ। ਹੁਣ ਫੇਰ ਕੋਈ ਸਕੀਮ ਲਾਉਣੀ ਪੈਣੀ। ਤੂੰ ਬਾਹਰ ਜਾ ਕੇ ਨਾ ਨਿਗਾਹ ਰੱਖ ਲੈ। ਬਾਹਰ ਕੋਈ ਨਹੀਂ ਆਉਂਦਾ, ਤੂੰ ਪਹਿਲਾਂ ਵੀ ਤਾਂ ਤੇਰੇ ਕਰਕੇ ਫਸੇ ਸੀ ਨਾ। ਮੈਂ ਹੈਗਾ ਤੇਰੇ ਨਾਲ, ਤੂੰ ਬੋਲਣਾ ਖੋਲ ਇਹਨੂੰ ਬਸ। ਕੋਸ਼ਿਸ਼ ਕਰਦੇ ਆ, ਫੈਲਦਾ ਤਾਂ ਹੈ। ਮੈਂ ਕਿਹਾ ਮੈਂ ਕੋਈ ਮਦਦ ਕਰ ਦਿਆਂ। ਜੇ ਮੂੰਹੋਂ ਕੁਝ ਨਿਕਲਿਆ ਨਾ ਤਾਂ ਇੱਥੇ ਹੀ ਦੱਬ ਦੂੰ। ਰੱਖਣਾ ਤੇ ਕਾਕਾ ਤੈਨੂੰ ਮੂੰਹ ਚ ਹੀ ਪੈਣਾ, ਜੇ ਬਾਹਰ ਕੱਢੇਗਾ ਤੇ ਥੋੜਾ ਪੈਣਾ। ਉਹ ਥੋੜੇ ਟਾਈਮ ਨਾ ਖਰਾਬ ਕਰੋ ਵੀਰੇ, ਇਹਨੂੰ ਖੋਲੋ। ਹਾਂ ਯਾਰ, ਬਾਹਰ ਪੂਰੀ ਹਫੜਾ ਦਫੜੀ ਮਚੀ ਹੋਈ ਆ, ਮੈਂ ਚੱਲਿਆ, ਮੈਂ ਨਹੀਂ ਜਾਣਾ। ਥੋੜਾ ਚੁੱਕਿਆ ਤਾਂ ਨਾਲ ਹੀ ਤੁਰਨਾ ਪਊਗਾ। ਅਸੀਂ ਜਾਵਾਂਗੇ ਤਾਂ ਤੂੰ ਸਾਡੇ ਨਾਲ ਹੋਏਗਾ, ਪਰ ਆਪਣੀਆਂ ਚਾਲਾਂ ਆਪਣੇ ਕੋਲ ਰੱਖੀ। ਨਹੀਂ ਖੁੱਲਦਾ ਤਾਂ ਪੱਟ ਦਿਓ ਇਹਨੂੰ। ਮੈਂ ਬਾਹਰ ਦੇਖਦਾ। ਓਏ ਲਿਆ ਲਿਆ, ਇੱਧਰ ਲਿਆ ਇੱਧਰ। ਯਾਰ ਦਿਲ ਚ ਘਟੀ ਜਾਂਦਾ, ਇਹ ਮਰਵਾਉਣਗੇ। ਜੇ ਇਕੱਠੇ ਹੋਏ ਆ ਤਾਂ ਨਿਕਲ ਚੱਲੀਏ, ਟਾਈਮ ਖਰਾਬ ਨਾ ਕਰੋ। ਯਾਰ ਮੈਨੂੰ ਤਾਂ ਲੱਗਦਾ ਡਰ, ਮੈਂ ਨਹੀਂ ਜਾਣਾ। ਚੱਕ ਥੋੜਾ ਤੇ ਮੋਹਰੇ ਹੋ ਕੇ ਤੁਰ ਪਾ। ਹਾਏ ਓਏ ਰੱਬਾ, ਚੰਗਾ ਥੋੜਾ ਚੱਕਿਆ। ਚਲੋ ਚਲੋ ਛੇਤੀ ਕਰੋ,
ਮੇਰੇ ਲੜਾਓ ਕੁਛ। ਅਜੇ ਵੀ ਅੰਦਰ ਹੀ ਆ, ਆਵਾਜ਼ ਨਹੀਂ ਸੁਣਦੀ ਤੈਨੂੰ ਕਹਿਦੀਆਂ ਦੀ। ਆ ਕਿਹੜੀ ਥਾਂ ਬਾਈ? ਪੁਰਾਣਾ ਆਫਿਸ, ਆਪਣੇ ਵਾਰਡ ਦੀ ਬੈਕ ਸਾਈਡ, ਜਿਸ ਨੂੰ ਕੈਦੀ ਕਦੇ ਨਹੀਂ ਦੇਖ ਸਕਦੇ। ਕੀ ਇੰਨੀ ਮਿਹਨਤ ਕਰਕੇ ਵੀ ਬੈਕ ਸਾਈਡ 'ਤੇ ਪਹੁੰਚੇ ਆ? ਕੀ ਕਰਾਉਣਾ ਇਹੋ ਜਿਹੀ ਮਿਹਨਤ ਤੋਂ? ਹੁਣ ਬਾਹਰ ਜਾਣ ਦਾ ਰਸਤਾ ਕਿਹੜਾ? ਕੀ ਮਤਲਬ ਹੁਣ ਫਰਸ਼ ਤੋੜਨਾ ਪਊ? ਹਾਂ, ਕਿਉਂਕਿ ਇਹਦੇ ਥੱਲੋਂ ਦੀ ਇੱਕ ਪਾਈਪ ਨਿਕਲਦਾ। ਤੇ ਉਹ ਕਿਹੜਾ ਪਾਈਪ ਸੀ? ਉਹ ਸਿਰਫ ਇੱਥੋਂ ਤੱਕ ਦਿਖਾਉਣ ਦਾ ਰਸਤਾ ਸੀ, ਜਾਣ ਦਾ ਨਹੀਂ। ਮੈਂ ਇੱਥੋਂ ਬਾਹਰ ਜਾਣਾ ਜਿਵੇਂ ਮਰਜ਼ੀ, ਸਮਝੇ? ਹਾਂ। ਹੁਣ ਕੀ ਹੋ ਗਿਆ? ਹੁਣ ਆਪਾਂ ਬਾਹਰ ਨਹੀਂ ਜਾ ਸਕਦੇ। ਜ਼ਿਆਦਾ ਡਰਾਮੇ ਨਾ ਕਰ ਤੇ ਚੁੱਪ ਚਾਪ ਹੁਣ ਅੱਗੇ ਵੱਧ। ਤੈਨੂੰ ਕਿਹਾ ਨਾ, ਇੱਥੋਂ ਨਿਕਲਣ ਦੀ ਤੇਰੇ ਨਾਲ ਜ਼ਿਆਦਾ ਗਾਲੀ ਮੈਨੂੰ ਹੈ। ਨਾਲੇ ਦੇਖੋ ਹੁਣ ਸਭ ਕੁਝ ਸ਼ਾਂਤ ਹੋ ਗਿਆ, ਮੈਨੂੰ ਲੱਗਦਾ ਕੈਦੀਆਂ ਦਾ ਕੋਈ ਸ਼ੋਰ ਨਹੀਂ ਆ ਰਿਹਾ। ਤਾਂ ਫਿਰ? ਫਿਰ ਕੀ, ਥੋੜ੍ਹੀ ਦੇਰ ਪਹਿਲਾਂ ਇੱਥੇ ਜੋ ਗਾਰਡ ਆਏ ਸੀ, ਮੈਨੂੰ ਲੱਗਦਾ ਉਹਨਾਂ ਨੇ ਕੈਦੀਆਂ 'ਤੇ ਕਾਬੂ ਪਾ ਲਿਆ। ਫਿਰ ਕੀ ਹੋਇਆ? ਮੈਂ ਤਾਂ ਅੱਗੇ ਜਾਊਂਗਾ, ਲੱਭੀ ਜਾਣ ਦਿਓ ਇਹਨਾਂ ਨੂੰ, ਅਤੇ ਤੁਸੀਂ ਮੁੜਨਾ ਮੁੜ ਜਾਓ। ਇੱਥੋਂ ਬਾਹਰ ਜਾਣ ਦੇ ਸਾਰੇ ਰਸਤੇ ਸਿਰਫ ਮੈਨੂੰ ਪਤਾ ਹੈ, ਮੇਰੇ ਤੋਂ ਸਿਵਾ ਤੁਸੀਂ ਕੋਈ ਵੀ ਇੱਥੋਂ ਬਾਹਰ ਨਹੀਂ ਜਾ ਸਕਦੇ। ਹੁਣ ਕੰਮ ਤਾਂ ਤੂੰ ਸਾਥੋਂ ਲੈ ਲਿਆ, ਜੇ ਕਿਤੇ ਇਕੱਲਾ ਹੀ ਹਵਾ ਹੋ ਗਿਆ ਨਾ, ਤੇ ਫਿਰ ਤੇਰਾ ਕੰਮ ਤੇ ਘੜੇ 'ਚ। ਤੈਨੂੰ ਕਿਹਾ ਨਾ, ਕੋਈ ਸ਼ਰਤ ਨਹੀਂ, ਜਦੋਂ ਬਾਹਰ ਨਿਕਲਾਂਗੇ ਤਾਂ ਸਾਡੇ ਨਾਲ ਹੋਏਗਾ। ਨਾਲੇ ਹੁਣ ਆਪਾਂ ਨੂੰ ਸਾਰਿਆਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ, ਇਦੋਂ ਪਹਿਲਾਂ ਕਿ ਮਾਹੌਲ ਖਰਾਬ ਹੋਵੇ। ਨਾਲੇ ਅੱਗੇ ਵੀ ਬਹੁਤ ਪੰਗੇ ਨੇ, ਹੁਣ ਆਪਾਂ ਬਾਹਰ ਨਹੀਂ ਨਿਕਲ ਸਕਦੇ। ਤੇਜ਼ ਚੱਲ, ਚੱਲੀਏ ਇਸ ਤੋਂ ਪਹਿਲਾਂ ਕੋਈ ਹੋਰ ਪੰਗਾ ਪਵੇ। ਚਲੋ ਵੀ ਚਲੋ, ਛੇਤੀ ਕਰੋ ਛੇਤੀ। ਆ
ਕੀ ਹੋਇਆ? ਕੁਛ ਵੀ ਨਹੀਂ। ਫੇਰ ਆ ਕੀ ਡਰਾਮੇ ਜੇ ਕਰਦਾ ਰਹਿਣਾ ਹੋਏ ਤੂੰ? ਡਰਾਮੇ? ਆ ਕੀ ਕਹਿੰਦਾ ਤੇ ਲਿਖਦਾ ਰਹਿਣਾ? ਮੰਤਰ ਲਿਖੇ ਨੇ ਜ਼ਿੰਦਗੀ ਜਿਉਣ ਦੇ। ਪਤਾ ਮੈਂ ਕੀ ਹਾਂ? ਕੀ ਹੈ? ਇੰਜੀਨੀਅਰ। ਇੰਜੀਨੀਅਰ ਇੱਥੇ ਕੀ ਕਰਦਾ? ਮੈਂ ਇੱਥੇ ਕੀ ਕਰਦਾ? ਰਿਸਰਚ ਜ਼ਿੰਦਗੀ 'ਤੇ। ਜੇਲ੍ਹ 'ਚ ਬੈਠ ਕੇ? ਬਾਹਰ ਤਾਂ ਸਾਰੀ ਦੁਨੀਆ ਕਰੀ ਜਾਂਦੀ ਹੈ, ਪਰ ਸਿੱਟਾ ਇੱਕੋ ਨਿਕਲਦਾ, ਪੈਸਾ। ਇੱਥੇ ਪਰ ਉਹ ਤਾਂ ਨਹੀਂ ਨਿਕਲੂਗਾ। ਮੈਨੂੰ ਬੇਵਕੂਫ ਨਾ ਬਣਾ, ਲੋੜ ਨਹੀਂ। ਕੀ? ਪਰ ਤੂੰ ਇੱਥੇ ਕੀ ਕਰ ਰਿਹਾ? ਜਦੋਂ ਤੂੰ ਰਾਤੀ ਗਿਆ ਸੀ ਨਾ ਸੈੱਲ ਦਾ ਦਰਵਾਜ਼ਾ ਖੋਲ੍ਹ ਕੇ, ਜਾਗਦਾ ਸੀ ਮੈਂ। ਪਰ ਮੈਂ ਤਾਂ ਤੈਨੂੰ ਨੀਂਦ ਦੀ ਦਵਾਈ ਦਿੱਤੀ ਸੀ, ਮੇਰੇ 'ਤੇ ਕੋਈ ਅਸਰ ਨਹੀਂ ਕਰਦੀ। ਇਹੀ ਤਾਂ ਇਸ ਰਿਸਰਚ ਦਾ ਫਾਇਦਾ। ਜੇਲ੍ਹ 'ਚੋਂ ਭੱਜਣ ਦੀ ਤਿਆਰੀ ਹੈ ਨਾ, ਮੈਨੂੰ ਲੈ ਚੱਲੇਗਾ ਨਾਲ? ਤੇਜਵੀਰ ਬਾਈ, ਯਾਰ ਪੰਗਾ ਪੈ ਗਿਆ, ਚਾਬੀ ਗਵਾਚ ਗਈ। ਕੀ? ਆਹੋ ਜਿਸ ਜਗ੍ਹਾ ਡਿੱਗੇ ਸੀ ਨਾ ਕੱਲ, ਜਿੱਥੇ ਮੈਂ ਡਿੱਗਾ ਸੀ ਨਾ, ਜਿੱਥੇ ਬੇਹੋਸ਼ ਹੋ ਕੇ ਡਿੱਗੇ ਸੀ ਗਰਾਊਂਡ 'ਚ, ਉੱਥੇ ਦੂਜੀ ਬਿਲਡਿੰਗ ਦੇ ਗੇਟ ਦੇ ਸਾਹਮਣੇ। ਯਾਰ ਤੂੰ ਮਰਵਾਏਗਾ ਮੈਨੂੰ, ਸੋਰੀ। ਆਜਾ ਛੇਤੀ। ਚਲੋ ਇਹਨੂੰ ਮੇਰਾ ਸਪੈਸ਼ਲ ਸੈੱਲ, ਗੋ ਲੈ ਜਾਓ। ਹੁਣ ਤੂੰ ਖਤਮ ਹੀ ਸਮਝ। ਪੰਗਾ ਪੈ ਗਿਆ ਬਾਈ, ਤੇਜ਼ ਫੜਿਆ ਗਿਆ, ਉਹਨੂੰ ਕਿਸੇ ਹੋਰ ਜੇਲ੍ਹ 'ਚ ਲੈ ਕੇ ਚੱਲੇ ਆ। Thank you.
ਤੇ ਸਲੀਬਾ ਹਰ ਪੈਰ ਤੇ ਹਨੇਰਾ ਹਰ ਮੋੜ ਤੇ ਸਲੀਬਾ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜਰਾ ਹਰ ਮੋੜ ਤੇ ਸਲੀਬਾ ਨਕਸ਼ ਹਾਂ ਮੈਂ ਮਿੱਟੀ ਤੇ ਤਾਂ ਨਹੀਂ ਹਾਂ ਪੱਥਰ ਤੇ ਨਕਸ਼ ਹਾਂ
ਰਸੋਈ ਕਾਹਤੋਂ ਜਾਂਦਾ? ਲੈ ਜਾ ਕੇ ਤੈਨੂੰ ਵੀ ਬਾਹਰ। ਰੋਂਦਾ ਕਿਹੜਾ ਕੰਜਰ ਆ, ਸਾਰਾ ਇਹਨਾਂ ਦਾ ਸਿਆਪਾ। ਇਹ ਕਿਹਦਾ ਸਾਲਿਆ, ਤੇਰੀ ਵਜ੍ਹਾ ਨਾਲ ਇੱਥੇ ਬੈਠੇ ਆ। ਸਾਲਿਆ ਸਿੱਧਾ ਨਿਕਲ ਜੂ, ਨਿਕਲ ਜੂ ਸਿੱਧਾ ਤੂੰ। ਮਾੜੀ ਜਨਾਨੀ ਸਭ ਦੀ ਭਾਬੀ, ਕੋਈ ਨੀ ਪੁੱਤ, ਬੱਸ ਜਿੰਨੀ ਮਰਜ਼ੀ ਭਰੀ ਹੋਵੇ ਕੰਡਕਟਰ ਚੜ੍ਹੀ ਜਾਂਦਾ। ਮੈਨੂੰ ਚੀਰਨੇ ਘੰਟੇ ਹੁੰਦੇ, ਚੀਰਦਾ ਆ। ਹੁਣ ਕਿੱਤਾ ਕੀ ਜਾਵੇ, ਬਾਹਰ ਜਾਣ ਦਾ ਰਸਤਾ ਤਾਂ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ। ਪਤਾ, ਕਾਫੀ ਹੱਦ ਤੱਕ ਤਾਂ ਬਾਹਰ ਆ ਚੁੱਕੇ ਹਾਂ, ਅੱਗੇ ਜਾਣਾ, ਨਿਕਲ ਚੱਲਾਂਗੇ। ਨਿਕਲ ਚੱਲਾਂਗੇ, ਅਗਲਾ ਰਾਹ ਵੀ ਤੇਜਵੀਰ ਨੂੰ ਪਤਾ, ਉਹ ਤੋਂ ਬਿਨਾਂ ਆਪਾਂ ਕੁਛ ਨਹੀਂ ਕਰ ਸਕਦੇ, ਨਾ ਆਪਾਂ ਕਰਨਾ ਹੀ ਆ। ਹਾਂ, ਮੈਂ ਤਾਂ ਜਾਊਂਗਾ, ਜ਼ਰੂਰ ਜਾਊਂਗਾ। ਗੱਲ ਸੁਣ ਓਏ, ਤੂੰ ਬਾਹਰ ਵੀ ਜਾਣਾ, ਅੰਦਰ ਹੀ ਮਰਨਾ। ਮੈਂ ਕਹਿ ਰਿਹਾ ਨਾ, ਆਪਣਾ ਬਾਹਰ ਜਾਣਾ ਹੀ ਜ਼ਰੂਰੀ ਹੈ। ਤੇਜਵੀਰ ਦਾ ਆਪਾਂ ਕਰ ਵੀ ਕੀ ਸਕਦੇ ਹਾਂ, ਉਹ ਤਾਂ ਸਪੈਸ਼ਲ ਸੈਲਸ ਪਾਤਾ, ਇੱਕ ਸਾਲ ਉੱਥੇ ਮੈਂ ਸੀ ਪਹਿਲਾਂ। ਇਸ ਦਾ ਮਤਲਬ ਤੂੰ ਜਾਣਦਾ ਹੈ ਚੰਗੀ ਤਰ੍ਹਾਂ ਸੈੱਲ 'ਚ ਜਾਣ ਵਾਲਾ ਰਸਤਾ। ਕੀ ਮਤਲਬ, ਮੈਂ ਜਾਵਾਂਗਾ ਉਸਨੂੰ ਲੈਣ ਲਈ? ਨਾ ਨਾ ਨਾ, ਮੈਂ ਨਹੀਂ ਜਾਂਦਾ, ਮੈਂ ਬਾਹਰ ਜਾਣਾ, ਉੱਪਰ ਨਹੀਂ। ਗੱਲ ਸੁਣੋ, ਸੈੱਲ 'ਚ ਤਾਂ ਤੈਨੂੰ ਜਾਣਾ ਹੀ ਪੈਣਾ ਪੁੱਤ, ਇੱਦਾਂ ਨਹੀਂ ਤਾਂ ਉੱਦਾਂ, ਸਮਝ ਗਿਆ? ਅਤੇ ਅੱਜ ਆਪਾਂ ਨਾਲੇ ਤੇਜਵੀਰ ਨੂੰ ਛਡਾਉਣ ਜਾਣਾ, ਯਾਦ ਰੱਖੋ ਇਹ ਕੰਮ ਮੇਰਾ ਇਕੱਲੇ ਦਾ ਨਹੀਂ, ਆਪਣਾ ਸਾਰਿਆਂ ਦਾ ਆ। ਇਸ ਕੰਮ 'ਚ ਸਾਡੀ ਮਦਦ ਇੱਕ ਬੰਦਾ ਕਰ ਸਕਦਾ, ਕਰਤਾਰਾ। ਇਹ ਤਾਂ ਸਰੇਆਮ ਹੀ ਰੌਲਾ ਪਾਈ ਜਾਂਦੇ ਆ। ਬਾਬਾ ਜੀ, ਸਤਿ ਸ੍ਰੀ ਅਕਾਲ। ਬੈਠ ਕਰਤਾਰ ਸਿੰਘ। ਹਾਂਜੀ, ਦੱਸੋ ਕੀ ਹੁਕਮ ਹੈ? ਸਾਨੂੰ ਤੇਰੀ ਮਦਦ ਦੀ ਲੋੜ ਆ। ਮੇਰੀ ਮਦਦ ਦੀ? ਹਾਂ ਦੱਸੋ। ਸਾਨੂੰ ਜ਼ਰਾ ਬਾਹਰ ਨਿਕਲਣ ਦਾ ਰਸਤਾ ਦੱਸੋ, ਉਹ ਸੈੱਲ ਦਾ। ਉਹ ਸਪੈਸ਼ਲ ਸੈੱਲ ਹੈ, ਉੱਥੇ ਕੋਈ ਵੀ ਨਹੀਂ ਜਾ ਸਕਦਾ। ਮੈਂ ਭਾਵੇਂ ਸਾਰਾ ਦਿਨ ਇੱਥੇ ਕੰਮ ਕਰਦਾ ਫਿਰਦਾ ਰਹਿੰਦਾ, ਜੇਲ੍ਹ ਵਿੱਚ ਲੰਬੜਦਾਰ ਵੀ ਹਾਂ, ਪਰ ਮੈਂ ਵੀ ਉੱਥੇ ਨਹੀਂ ਜਾ ਸਕਦਾ। ਹਾਂ, ਫਿਰ ਉੱਥੇ ਕੌਣ ਜਾ ਸਕਦਾ? ਸਿਰਫ ਜੇਲ੍ਹ ਦੇ ਕਰਮਚਾਰੀ। ਦੇਖ ਕਰਤਾਰ ਸਿੰਘ, ਤੂੰ ਮੈਨੂੰ ਚੰਗੀ ਤਰ੍ਹਾਂ ਇਸ ਜੇਲ੍ਹ ਦੇ ਵਿੱਚ ਜਾਣਦਾ ਹੈ, ਅਤੇ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ। ਤੇਜਵੀਰ ਮੇਰਾ ਭਰਾ ਹੈ। ਹਾਂ, ਤੇਜਵੀਰ। ਅਤੇ ਉਹ ਸਿਰਫ ਮੈਨੂੰ ਇੱਥੋਂ ਬਾਹਰ ਕੱਢਣ ਲਈ ਜੇਲ੍ਹ ਵਿੱਚ ਆਇਆ। ਅੱਛਾ, ਤੂੰ ਸਮਝਦਾਰ ਹੈ। ਕੀ ਕੀਤਾ ਜਾ ਸਕਦਾ ਹੈ? ਸਾਨੂੰ ਇਹ ਵੀ ਪਤਾ ਹੈ ਕਿ ਤੂੰ ਜੇਲਰ ਅਤੇ ਉਹਦੇ ਸਰਕਾਰੀਆਂ ਦੀ ਮਦਦ ਤਾਂ ਨਹੀਂ ਕਰੇਗਾ, ਪਰ ਅਸੀਂ ਤੇਰੇ ਤੋਂ ਮਦਦ ਦੀ ਉਮੀਦ ਕਰ ਸਕਦੇ ਹਾਂ। ਤੁਸੀਂ ਅਸਲ ਵਿੱਚ ਚਾਹੁੰਦੇ ਕੀ ਹੋ? ਬਸ ਇੰਨਾ ਕੁ, ਜੇਲ੍ਹ ਦੇ ਪਿੱਛੇ ਜੋ ਪੁਰਾਣੀ ਕੋਠੜੀ ਆ ਉੱਥੋਂ ਤੱਕ ਜਾਣ ਦਾ ਰਸਤਾ, ਅਤੇ ਅਸੀਂ ਤੇਜਵੀਰ ਨੂੰ ਛਡਾਉਣਾ ਵੀ ਹਾਂ। ਤੁਸੀਂ ਜੇਲ੍ਹ ਤੋੜ ਕੇ ਭੱਜਣ ਦੀ ਸਲਾਹ ਵਿੱਚ ਹੋ?
हाँ जी। एक होर गल सच, कोई तैयारी है? तैनू कहा ना, ओ ही कर रहे हैं। मेरे ते इन्ना भरोसा क्यों? बंदे बंदे दा पता हुंदा करतार सिंह। एक राह जांदा ता है पुराने सैल ताई, उसे राह कोलों निकलती सुरंग थोनू जेलों बाहर ले जा सकती है, पर उसनू थोनू आप लभना पऊ। पर पूरी रात पे तेजबीर। वीरे तू? हाँ चल निकल चलिए। आपा तुसी इत्थे किवें? ओ मैं तैनू बाद च दसांगा, हुण आपा बाहर निकलिए। मैं हुण तुहाडे नाल नहीं जा सकदा। क्यों? लगदा मैनू किते होर शिफ्ट करनगे। कदों? शायद सवेरे। सवेर तां असीं चढ़ नहीं देनी तेज, सानू रस्ते दा पता लग गया सीधा बाहर जांदा है। किधर दी? पुराने सैल विच दी, रास्ता बाहर जाण दा, पर उस दे विच इक लॉक आउंदा है जिहड़ा तोड़ना पऊगा। तुसी इक कम करो, तुसी इत्थों जाओ, पर जिस करके तुसी अंदर हो वो पैसा सेफ रखियो। जाओ देखो कि रास्ता साफ है कि नहीं, टिंबरी थोड़े नाल आऊगा। खाना आके खा लियो। किधर मुझ चुके? जो तुसी ये कारनामा करन लगे ना, ये मैं सिर नहीं लगन देना। दोपहर दा मैं थोड़े वाली देखी है ना। चाह
ਕਰ ਰਹੇ ਹੋ? ਛੱਡ ਦੇ ਹੋ ਤਿਆਰ, ਛੱਡ ਦੇ ਬੁੜਿਆ, ਛੱਡ ਦੇ ਬੁੜਿਆ, ਮੈਨੂੰ ਮਾਰ ਇਹਨੂੰ, ਆ ਛੱਡ। ਮੈਂ ਤੁਹਾਡਾ ਸਾਥ ਇਸ ਕਰਕੇ ਨਹੀਂ ਸੀ ਦੇ ਰਿਹਾ ਕਿ ਤੁਸੀਂ ਆਪਣੀ ਆਜ਼ਾਦੀ ਲਈ ਦੂਸਰੇ ਦਾ ਖੂਨ ਵਹਾਓ। ਮੇਰੇ ਜਿਉਂਦਿਆਂ ਇਹ ਨਹੀਂ ਹੋ ਸਕਦਾ। ਹਾਂ, ਆਪਣਾ ਬੰਦਾ ਸੀ। ਓਏ ਤੂੰ ਚੱਲ ਇੱਥੋਂ, ਚੱਲ ਉੱਥੇ ਦੇਖ, ਅਸੀਂ ਸੰਭਾਲ ਲਾਂਗੇ ਇਹਨੂੰ ਆਪੇ ਹੀ। ਚੱਲ ਓਏ। ਤਖਤ ਹਜ਼ਾਰੇ ਮੌਜਾਂ ਲੁੱਟਦਾ ਸੀ ਕੱਲਾ, ਐਵੇਂ ਰੋਗ ਦਿਲ ਨੂੰ ਸੀ ਲਾ ਲਿਆ ਵੱਲਾ, ਐਵੇਂ ਰੋਗ ਦਿਲ ਨੂੰ ਸੀ ਲਾ ਲਿਆ ਵੱਲਾ। ਜੋਗੀ ਹੁਣ ਪਿੱਛੋਂ ਰਾਂਝਾ ਬੈਠਾ ਸੋਚਦਾ, ਜੋਗੀ ਹੁਣ ਪਿੱਛੋਂ ਰਾਂਝਾ ਬੈਠਾ ਸੋਚਦਾ, ਇਸ਼ਕੇ ਚ ਖੋਰੇ ਖਾਸ ਕੀ ਦਿਲ ਅੱਜ ਵੀ ਕਿਉਂ ਸੱਜਣਾ ਨੂੰ ਲੋਚਦਾ, ਇਸ਼ਕੇ ਚ ਖੋਰੇ ਖਾਸ ਕੀ ਦਿਲ ਅੱਜ ਵੀ ਕਿਉਂ ਸੱਜਣਾ ਨੂੰ ਲੋਚਦਾ, ਇਸ਼ਕੇ ਚ ਖੋਰੇ ਖਾਸ ਕੀ। ਵੱਡੇ ਜੋ ਨਵਾਬ ਇਸ਼ਕੇ ਚ ਲੁੱਟ ਜਾਂਦੇ ਨੇ, ਸਿਖਰਾਂ ਤੇ ਚੜ ਕੇ ਯਾਰਾਂ ਨੇ ਟੁੱਟ ਜਾਂਦੇ ਨੇ, ਸਿਖਰਾਂ ਤੇ ਚੜ ਕੇ ਯਾਰਾਂ ਨੇ ਟੁੱਟ ਜਾਂਦੇ ਨੇ। ਦਿਲ ਮਨੇ ਨਾ ਦਿਮਾਗ ਰਹਿੰਦਾ ਟੋਕਦਾ, ਇਸ਼ਕੇ ਚ ਖੋਰੇ ਖਾਸ ਕੀ ਦਿਲ ਅੱਜ ਵੀ ਕਿਉਂ ਸੱਜਣਾ ਨੂੰ ਲੋਚਦਾ, ਇਸ਼ਕੇ ਚ ਖੋਰੇ ਖਾਸ ਕੀ। ਲੱਗੀਆਂ ਸੀ ਜਦੋਂ ਪੂੰਜੇ ਪੈਰ ਨਹੀਂ ਸੀ ਲੱਗਦੇ, ਜਰੇ ਨਹੀਂ ਹੋ ਜਾਂਦੇ ਹੁਣ ਮੇਣੇ ਇਸ ਜਗ ਦੇ, ਜਰੇ ਨਹੀਂ ਹੋ ਜਾਂਦੇ ਹੁਣ ਮੇਣੇ ਇਸ ਜਗ ਦੇ। ਪਾਰ ਚੱਕੀ ਫਿਰਾਂ ਹਿਜਰਾਂ ਦੇ ਬੋਝ ਦਾ, ਇਸ਼ਕੇ ਚ ਖੋਰੇ ਖਾਸ ਕੀ ਦਿਲ ਅੱਜ ਵੀ ਕਾਂ ਸੱਜਣਾ ਨੂੰ ਲੋਚਦਾ, ਇਸ਼ਕੇ ਚ ਖੋਰੇ ਖਾਸ ਕੀ, ਇਸ਼ਕੇ ਚ ਖੋਰੇ ਖਾਸ ਕੀ, ਇਸ਼ਕੇ ਚ ਖੋਰੇ ਖਾਸ ਕੀ, ਇਸ਼ਕੇ ਚ ਖੋਰੇ ਖਾਸ ਕੀ। ਰਾਤ ਦੇ ਪਲਾਂ ਦੀ ਗਿਣਤੀ ਵੀ ਦੂਣੀ ਹੋ ਗਈ ਸੀ, ਹਨੇਰੇ ਵਿੱਚ ਵੀ ਜਿਵੇਂ ਧੁੰਦ ਪਈ ਹੋਵੇ, ਕੁਛ ਸਾਫ਼ ਨਹੀਂ ਸੀ। ਕੌਣ ਕੀ ਕਰ ਰਿਹਾ ਕਿਸੇ ਨੂੰ ਵੀ ਨਹੀਂ ਸੀ ਪਤਾ, ਕੋਈ ਨਹੀਂ ਸੀ ਜਾਣਦਾ ਕਿ ਕੀ ਹੋ ਰਿਹਾ, ਕੋਈ ਨਹੀਂ ਸੀ ਜਾਣਦਾ ਕਿ ਕੀ ਹੋਣ ਜਾ ਰਿਹਾ।
हाँ भाई की बनया? भाई जी मिल गया रहा, चलो चलिए। बलदेव की गल, निकल चलिया सी कल्ला ही? नहीं दिलावर, मैं तेरे वल्ले आ रहा सी, तेजवीर फड़िया गया, पहला आपां उहनूं छड्डाउणा। चल रही कैसी हवा है, साजिशां वर्गी फिजा है, जिंदगी दा है बुलावा या छुपी बैठी कजा है। चल रहा जो काफिला है, पर दिला विच फासला है, विच समंदर दे है कश्ती गुमशुदा है। ਬਲਦੇਵ ਭਾਈ ਕਿੱਥੇ? ਗੁਰਸ਼ੇਰ, ਕਾਲੇ, ਤੁਸੀਂ ਹੁਣ ਦੋਨੋਂ ਜਾਣੇ ਆਪੋ ਆਪਣੇ ਰਾਹ ਚਲੇ ਜਾਓ, ਸਾਡਾ ਕੁਝ ਨਹੀਂ ਪਤਾ ਅਸੀਂ ਕਿੱਧਰ ਜਾਣਾ। ਬਲਦੇਵ ਤੂੰ ਸਾਡਾ ਬਹੁਤ ਸਾਥ ਦਿੱਤਾ, ਅਸੀਂ ਤੇਰੇ ਆਸਾਨ ਮੰਦਾ। ਬਾਈ ਜੀ ਜ਼ਿੰਦਗੀ 'ਚ ਕਦੇ ਜੇ ਸਾਡੀ ਕਿਤੇ ਲੋੜ ਪਵੇ ਨਾ ਇੱਕ ਆਵਾਜ਼ ਦਿਓ, ਯਾਰਾਂ ਦੀ ਜਾਨ ਵੀ ਹਾਜ਼ਰ ਹੈ। ਜਿਵੇਂ ਕੱਚਿਆਂ 'ਚ ਤਰਨਾ ਸਭ ਜਾਣ ਕੇ ਵੀ ਮਰਨਾ, ਪਾ ਕੇ ਲਿਬਾਸ ਕੂੜੇ ਫਿਰ ਅੱਗ ਚੋਂ ਗੁਜ਼ਰਨਾ। ਕੈਸੀ ਇਹ ਪਿਆਸ ਹੈ, ਕੈਸੀ ਹੈ ਤਲਾਸ਼ ਯਾਰੋ, ਰੱਖਣਾ ਸੰਭਲ ਹਰ ਕਦਮ ਅੰਨੀ ਗੁਫਾ ਚ ਯਾਰੋ। ਜੋ ਚਮਕਦੇ ਨ ਤਾਰੇ, ਮੰਜ਼ਿਲ ਦਾ ਹੈ ਭੁਲੇਖਾ, ਬੜੀ ਦੂਰ ਨੇ ਕਿਨਾਰੇ। ਕੌਣ ਹੈ ਬੇਗਾਨਾ ਹੁਣ ਕੌਣ ਨਾਲ ਹੈ, ਮੱਕੜੀ ਦਾ ਜਾਲਾ। ਬਾਈ ਜੀ ਆਪਾਂ ਇੱਥੇ ਹੀ ਰਾਤ ਕੱਟ ਲੈਂਦੇ ਹਾਂ, ਹੋਰ ਨਹੀਂ ਜੇ ਭੱਜਿਆ ਜਾਂਦਾ। ਓਏ ਨਹੀਂ ਨਹੀਂ
ਇੱਥੇ ਸਵੇਰ ਨੂੰ ਥਾਂ ਨਹੀਂ ਲੱਭਣੀ। ਨਹੀਂ ਨਹੀਂ, ਸਵੇਰੇ ਇੱਥੋਂ ਨਿਕਲਣਾ ਖਤਰੇ ਤੋਂ ਖਾਲੀ ਨਹੀਂ, ਆਪਾਂ ਨੂੰ ਰਾਤ ਨੂੰ ਹੀ ਸਫ਼ਰ ਤੈਅ ਕਰਨਾ ਪੈਣਾ। ਚੱਲ ਚੱਲ ਚੱਲ, ਦੌੜਦੇ ਨਹੀਂ, ਤੁਰ ਲੈਂਦੇ ਹਾਂ, ਦੌੜਦੇ ਨਹੀਂ। ਚੱਲ 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 ਚੱਲ। ਗੱਲ ਸੁਣੋ, ਮੈਂ ਬਲਦੇਵ ਨੂੰ ਦੇਖਦਾ, ਤੂੰ ਆ ਜਨੌਰਜੇ ਦਾ ਧਿਆਨ ਰੱਖੀ, ਹਰਾਮੀ ਲੱਗਦਾ। ਉਹ ਕੋਈ ਗੱਲ ਨਹੀਂ ਬਾਈ ਜੀ, ਇਹ ਸਾਲਾ ਆਪਣਾ ਕੀ ਵਿਗਾੜ ਲਊ, ਨਾ ਬੰਦਾ ਨਾ ਬੰਦੇ ਦੀ ਜਾਤ। ਬਾਈ ਕੋਈ ਨਹੀਂ, ਮੈਂ ਇਹਦੇ ਉੱਤੇ ਹਾਂ। ਆ ਚੱਲੀਏ। ਰੁਕ ਜਾਓ ਯਾਰ, ਪੂਰਾ ਸਾਹ ਸੂਹੀ ਲੈ ਲਓ। ਓਏ, ਇਹ ਤਾਂ ਦੱਸ ਦਿਓ ਕਿ ਆਪਾਂ ਚੱਲੇ ਕਿੱਥੇ ਆ? ਜੇਲ ਤੋਂ ਦੂਰ। ਹਾਂ, ਜ਼ਰਾ ਸਵਾਲ ਨਾ ਕਰ। ਚੁੱਪ ਕਰੋ, ਚੁੱਪ ਕਰ, ਮੂੰਹ ਬੰਦ ਰੱਖ ਆਪਣਾ। ਜੇਲ੍ਹ 'ਚੋਂ ਆਏ ਹਾਂ, ਮੁੰਡਾ ਨਹੀਂ ਹੋਇਆ ਤੇਰੇ, ਉੱਠਦਾ ਹੀ ਲੱਪਿਆ ਰੌਲਾ ਪਾਉਣ। ਬਾਂਦਰ ਵੜਿਆ ਖਾ ਨਹੀਂ ਅੰਦਰ। ਇੱਕ ਦੂਜੇ ਦੀ ਬੂਥੀ ਵੇਖੀ ਜਾਂਦੇ ਹੋ, ਚੱਲ ਨਿਕਲੋ ਬਾਹਰ। ਪਰ ਹੁਣ ਜਾਈਏ ਕਿੱਥੇ? ਉਹ ਸਾਰਾ ਮੁਲਕ ਆਪਣਾ ਏ, ਮੌਜਾਂ ਮਾਣ ਮੌਜਾਂ। ਸਾਲਾ ਮੁਲਕ ਦਾ ਮੰਜਾ ਡਾਉਣ ਨੂੰ ਭਾਵਾਂ ਥਾਂ ਨਾ ਹੋਵੇ। ਲੈ ਬਈ, ਇੱਥੇ ਤੱਕ ਆਪਾਂ ਇਕੱਠੇ ਆ ਗਏ ਹਾਂ, ਇੱਥੋਂ ਜਿਹੜਾ ਜਿਹੜਾ ਜਿੱਥੇ ਜਾਣਾ ਚਾਹੁੰਦਾ ਜਾ ਸਕਦਾ, ਪਰ ਇੱਕ ਗੱਲ ਦਾ ਖਿਆਲ ਰੱਖਿਓ, ਪੁਲਿਸ ਆਪਣੇ ਮਗਰਿਆ ਦੁਬਾਰਾ ਨਾ ਕਿਤੇ ਗੜਕੇ ਆ ਜਿਓ। ਅੰਦਰ ਹੀ ਬੈਠੇ ਰਹਿਣਾ ਸੀ ਫੇਰ, ਬਾਹਰ ਗੱਲ ਹੋਰ ਹੈ। ਬਾਹਰ ਤਾਂ ਦੁਨੀਆ ਹੀ ਹੋਰ ਵੱਸਦੀ ਹੈ। ਜੇਲ੍ਹ 'ਚ ਕੋਈ ਖਤਰਾ ਤਾਂ ਨਹੀਂ ਸੀ, ਅਸਲੀ ਦੁਨੀਆ ਵੱਸਦੀ ਹੈ ਬਾਹਰ। ਇੱਕ ਵਾਰੀ ਫੇਰ ਮੇਰੀ ਗੱਲ ਧਿਆਨ ਨਾਲ ਸੁਣ ਲਓ, ਜੇ ਸਾਨੂੰ ਮੌਕਾ ਮਿਲ ਹੀ ਗਿਆ ਤਾਂ ਇਹਦੀ ਅਹਿਮੀਅਤ ਨੂੰ ਸਮਝੋ। ਉਹ ਬਾਈ, ਜੋ ਵੀ ਸਾਨੂੰ ਚਾਹੀਦਾ ਹੁੰਦਾ ਨਾ, ਉਹ ਜਿਹੜਾ ਨੀਲੀ ਛੱਤਰੀ ਵਾਲਾ ਨਾ, ਉਹਨੇ ਆਪਣੇ ਮੂਹਰੇ ਹੀ ਧਰਿਆ ਹੁੰਦਾ, ਬਸ ਆਪਾਂ ਨੂੰ ਹੀ ਨਹੀਂ ਦਿੰਦਾ। ਬਾਈ ਜੀ, ਆਪਾਂ ਹੁਣ ਕਿਤੇ ਨਹੀਂ ਜਾਣਾ, ਹੁਣ ਤਾਂ ਬਸ ਤੁਹਾਡੇ ਨਾਲ ਹੀ ਹਾਂ। ਆਓ ਚੱਲੀਏ, ਪਹਿਲਾਂ ਇੱਥੋਂ ਨਿਕਲੀਏ, ਚਲੋ ਆ ਜਾਓ ਸਾਰੇ ਜਣੇ। ਓਏ, ਆ ਜਾ, ਚੱਲ ਆ ਜਾ ਤੂੰ ਵੀ, ਆ ਜਾ ਬਈ, ਆ ਜਾ ਆ ਜਾ, ਚੱਲ ਚੱਲ ਚੱਲ।
आ जा तुरे आओ तुर पा। चलो मैं भी बाहर तो आ गया हूँ अपने काम वाल हो जा बलदेव। ਕਿੱਥੋਂ ਤਾਈਂ ਤੁਰੇ ਜਾਵਾਂਗੇ ਬਾਈ? ਮੇਰਾ ਬਾਪੂ ਕਹਿੰਦਾ ਹੁੰਦਾ ਸੀ ਨਹਿਰੋ ਨਹਿਰ ਤੁਰੇ ਜਾਓ ਆਪੇ ਥਾਂ ਲੱਭ ਜਾਊਗੀ ਜੰਗਲ ਪਾਣੀ ਨੂੰ। ਪਲਾਵਾਂ ਤੈਨੂੰ ਜੰਗਲ 'ਚ ਪਾਣੀ? ਸੋਰੀ ਦਾ ਕੰਨਲ ਜਿਹਾ ਉਹ ਤੁਰਿਆ ਚੱਲ ਮਰਦਾ ਕਿੱਥਾਂ। ਚਲੋ ਬਾਈ ਜੀ ਪੈਸੇ ਸੇਫ ਹੈ ਨਾ? ਕਿਉਂ ਕੀ ਗੱਲ? ਕੁਛ ਨਹੀਂ ਵੈਸੇ ਪੁੱਛੇ। ਫਿਲਹਾਲ ਤਾਂ ਇਹ ਨਕਸ਼ਾ ਬਦਲਣ ਦੀ ਲੋੜ ਆ, ਕੋਈ ਵੀ ਸ਼ੱਕ ਕਰ ਸਕਦਾ। ਖਿਆਲ ਰੱਖੀ। ਜਾਨਾ ਮੈਂ ਕਰਦਾ ਕੁਛ। ਕਿਵੇਂ? ਪਤਾ ਨਹੀਂ, ਹਜੇ ਤਾਂ ਐਵੇਂ ਨਹੀਂ ਪਤਾ ਆਪਾਂ ਹੈਗੇ ਕਿੱਥੇ ਆ। ਆ ਆਪਣੇ ਨਾਲ ਰੱਖ। ਬਾਈ ਜੀ ਇਹ ਇੰਸਪੈਕਟਰ ਦੀ ਚੁੱਕੀ ਸੀ। ਕੀ ਗੱਲ ਹੈ ਬਲਦੇਵ, ਰੰਗ ਕੁਛ ਬਦਲਿਆ ਲੱਗਦਾ। ਕਿਹੜੀ ਗੱਲੋਂ? ਉਹ ਤਾਂ ਤੈਨੂੰ ਪਤਾ ਹੀ ਹੋਣਾ, ਜਿਉਂ ਜਿਉਂ ਖਜ਼ਾਨੇ ਦੇ ਨੇੜੇ ਆਈ ਜਾਂਦੇ ਆ ਲੱਗਦਾ ਸਾਨੂੰ ਦੂਰ ਕਰੀ ਜਾਣਾ। ਧੰਦਾ ਅਸੂਲਾਂ ਤੇ ਚੱਲਦਾ ਦਿਲਾਵਰ, ਜਵਾਨ ਹੋ ਗਏ ਸੋ ਹੋ ਗਏ। ਉਹ ਤਾਂ ਠੀਕ ਹੈ, ਪਰ ਕਰੋ ਵੀ ਕੁਛ। ਹਰ ਕੰਮ ਦਾ ਇੱਕ ਟਾਈਮ ਹੁੰਦਾ ਏ, ਆ ਇੰਨੀ ਲਗੌੜ ਤੁਰੀ ਫਿਰਦੀ ਆ, ਇਹਨਾਂ ਦਾ ਪਹਿਲਾਂ ਕਰੀਏ ਕੁਛ। ਇਹ ਕਿਹੜੀ ਗੱਲ ਹੈ, ਰਿਵਾਲਵਰ ਤਾਂ ਤੇਰੇ ਕੋਲ ਹੀ ਹੈ। ਮੈਂ ਬਿਨਾਂ ਵਜ੍ਹਾ ਕਿਸੇ ਦੀ ਜਾਨ ਨਹੀਂ ਲੈਂਦਾ, ਨਹੀਂ ਤਾਂ ਹੁਣ ਨੂੰ ਬਹੁਤ ਕੁਝ ਹੋ ਜਾਂਦਾ। ਧਮਕੀ ਦੇਣਾ? ਨਹੀਂ, ਥੋੜ੍ਹਾ ਇੰਤਜ਼ਾਰ ਕਰੋ, ਇਹ ਆਪੇ ਹੀ ਆਪਣੇ ਆਪਣੇ ਰਾਹ ਚਲੇ ਜਾਣਗੇ। ਚਲੋ ਜਿੱਥੇ ਇੰਨਾ ਕੀਤਾ ਉੱਥੇ ਹੋਰ ਸਹੀ, ਪਰ ਮੇਰੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਨਾ ਕਰੀ। ਆਪਾਂ ਇੰਨੇ ਸਾਲ ਦਿਲਾਵਰ ਇਕੱਠੇ ਰਹੇ ਹਾਂ ਮੰਤਰੀ ਦੇ ਨਾਲ, ਤੂੰ ਜਾਣਦਾ ਏ ਧੰਦੇ ਵਿੱਚ ਮੇਰੀ ਇਮਾਨਦਾਰੀ ਆ। ਜੇ ਜਾਣਦਾ ਤਾਂ ਹੀ ਤਾਂ ਚੁੱਪ ਕਰਿਆ ਬੈਠਾ ਨਾ। ਆ ਚੱਕ ਕੰਨ ਤੇ ਨਾ ਖਾਲੀ, ਚਾਹ ਉਧਰ ਵੇਖ ਲੈਨੇ ਓਏ, ਨਿਗਾ ਰੱਖ ਲੋ।
ਕਿ ਥਪੜੇ ਖਾਣੇ ਜੇਲ੍ਹ 'ਚ ਵੀ ਸਿਰ ਖਾਈ ਜਾਂਦਾ ਉਹ ਮੈਂ ਤਾਂ ਬੂਦਾ ਨਾ ਬਟਾਣੀ ਕੰਨਾਂ ਤੇ ਪਾਣੀਆਂ ਚੰਗਾ ਮੈਂ ਚੱਲਦਾ ਮਗਰ ਬਾਈ ਹੋਣਾ ਕੋ ਚੱਲ ਜਾ ਸਾਲਾ ਆਈ ਨਾ ਜਾਵੇ ਕੋਈ ਇੱਥੇ ਕੋਈ ਆ ਰਿਹਾ ਲੱਗਦਾ ਓਏ ਕੋਈ ਗੱਡੀ ਆਉਂਦੀ ਆ ਨਿਕਲੋ ਲੁਕ ਜਾ ਜਿੱਥੇ ਥਾਂ ਮਿਲਦੀ ਆ ਓਏ ਇੱਥੇ ਆ ਜਾ ਇੱਥੇ ਓਏ ਆ ਕੌਣ ਸੀ ਓਏ ਭੂਆ ਸੀ ਤੇਰੀ ਪਛਾਣੀ ਨੀ ਚੁੱਪ ਕਰੋ ਆ ਲੀੜੇ ਫੜੋ ਸੰਗਲ ਨਾ ਫੜ ਉਹ ਚੱਲ ਬੰਦੇ ਤਾਂ ਬਣੀਏ ਆ ਫੜੋ ਕੱਪੜੇ ਬਦਲ ਨਹੀਂ ਹੁਣ ਇਹਨਾਂ ਨੂੰ ਕੀ ਗੱਲ ਬੜਾ ਖਿਆਲ ਰੱਖਦੀ ਹੈ ਤੇਰੀ ਹੀਰ ਸਲੇਟੀ ਤੇਰਾ ਕੋਈ ਵੱਡੇ ਸੁਪਨੇ ਫਾਏ ਲੱਗਦੇ ਆ ਆਈ ਹੈ ਫਿਰ ਸੁਪਨੇ ਬਿਨਾਂ ਦੁਨੀਆ ਕਿੱਥੇ ਚੱਲਦੀ ਹੈ ਹਾਂ ਠੀਕ ਹੈ ਕਰ ਲਾ ਐਸ਼ ਆ ਲਓ ਵੀਰੇ ਆ ਫੜ ਤੂੰ ਆਪਣੇ ਤੇਜ ਤੈਨੂੰ ਪ੍ਰੀਤ ਨੂੰ ਨਹੀਂ ਇੱਥੇ ਲੈ ਕੇ ਆਉਣਾ ਚਾਹੀਦਾ ਸੀ ਕੋਈ ਗੱਲ ਨਹੀਂ ਵੀਰੇ ਉਹਨੂੰ ਸਾਰੀ ਕਹਾਣੀ ਦਾ ਪਤਾ ਹੈ ਨਾਲੇ ਹੁਣ ਉਹਨੂੰ ਡਰਨ ਦੀ ਕੋਈ ਲੋੜ ਨਹੀਂ ਚੱਲ ਫਿਰ ਹੁਣ ਇਹ ਵਰਦੀਆਂ ਦੀ ਤਾਂ ਲੋੜ ਹੀ ਨਹੀਂ ਡੱਬੀ ਲੈ ਓ ਕੀ ਗੱਲ ਬੜਾ ਉਦਾਸ ਜਿਹਾ ਬੈਠਾ ਹਾਂ ਬਾਈ ਇੱਕ ਜੇਲ੍ਹ ਆਪਾਂ ਤੋੜ ਆਏ ਹਾਂ ਅਤੇ ਦੂਜੀ ਆ ਤੁਹਾਡੇ ਵਾਲੀ ਤੋੜ ਕੇ ਤੀਜੀ ਜੇਲ੍ਹ 'ਚ ਜਾਣਾ ਬਸ ਤੀਜੀ ਜੇਲ੍ਹ ਕੀ ਮਤਲਬ ਆਪਣੇ ਪਿਆਰ ਦੀ ਬੁੱਕਲ 'ਚ ਆਪਣੀ ਨਿੰਮੀ ਕੋਲ ਹੋਰ ਉਹਦੇ ਸਿਵਾ ਮੇਰਾ ਇਸ ਦੁਨੀਆਂ 'ਤੇ ਹੈ ਹੀ ਕੌਣ ਉਸੇ ਲਈ ਤਾਂ ਮੈਂ ਜੇਲ੍ਹ ਗਿਆ ਸੀ ਅਤੇ ਉਸੇ ਲਈ ਉੱਥੋਂ ਭੱਜ ਆਇਆ ਬਸ ਹੁਣ ਉਹਨੂੰ ਆਪਣੇ ਨਾਲ ਲੈ ਕੇ ਕਿਤੇ ਦੂਰ ਚਲੇ ਜਾਣਾ ਜਿੱਥੇ ਡਰ ਨਫ਼ਰਤ ਦਹਿਸ਼ਤਾਂ ਇਹੋ ਜਿਹਾ ਕੁਝ ਨਾ ਹੋਵੇ ਹੋਵੇ ਤਾਂ ਬਸ ਪਿਆਰ ਮੁਹੱਬਤ ਮੇਰੀ ਨਿੰਮੀ ਮੈਂ ਹੌਸਲਾ ਰੱਖ ਰੱਬ ਕਰੇ ਤੇਰੀਆਂ ਸੋਚਾਂ ਪੂਰੀਆਂ ਹੋਣ ਪਤਾ ਨਹੀਂ ਮੇਰੇ ਬਿਨਾਂ ਕਿੱਦਾਂ ਦਿਨ ਕੱਟੇ ਹੋਣਗੇ ਓਏ ਖਿਆਲ ਰੱਖੀ ਆਪਣਾ ਟਿਮਰੀ ਤੂੰ ਚਿੰਤਾ ਨਾ ਕਰ ਐਡੀ ਛੇਤੀ ਨਹੀਂ ਛੱਡਦਾ ਤੈਨੂੰ ਤੇਰੇ ਵਿਆਹ 'ਤੇ ਮੈਂ ਅਤੇ ਨਿੰਮੀ ਜ਼ਰੂਰ ਆਵਾਂਗੇ ਬੁਲਾਏਗਾ ਨਾ ਯਾਰਾ ਖਿਆਲ ਰੱਖੀ
ਕੀ ਗੱਲ ਹੋ ਗਈ? ਪੈਸੇ ਨਾਲੋਂ ਜ਼ਿਆਦਾ ਮੈਨੂੰ ਤੇਰੀ ਭਾਬੀ ਦੀ ਚਿੰਤਾ ਹੈ। ਉਹ ਤਾਂ ਦਿਨ ਰਾਤ ਰੋ ਰੋ ਕੇ ਆਪਣਾ ਆਪ ਗੁਆ ਰਹੀ ਹੋਣੀ ਆ। ਸਹੀ ਗੱਲ ਕਹਿ ਰਿਹਾ ਵੀਰੇ, ਉਹਦਾ ਤਾਂ ਉਦੋਂ ਹੀ ਬੜਾ ਬੁਰਾ ਹਾਲ ਸੀ ਜਦੋਂ ਮੈਂ ਘਰ ਸੀ, ਨਾਲੇ ਹੁਣ ਤਾਂ ਉਹ ਇਕੱਲੀ ਹੈ। ਮੰਤਰੀ ਦੇ ਪ੍ਰੈਸ਼ਰ ਕਰਕੇ ਪੁਲਿਸ ਵੀ ਜ਼ਰੂਰ ਪਰੇਸ਼ਾਨ ਕਰ ਰਹੀ ਹੋਣੀ ਹੈ। ਮੈਂ ਸੋਚਦਾ ਚੋਰੀ ਛਿਪੇ ਇੱਕ ਵਾਰੀ ਘਰ ਹੋ ਆਵਾਂ, ਮੈਨੂੰ ਸਹੀ ਸਲਾਮਤ ਦੇਖ ਕੇ ਉਹਨੂੰ ਥੋੜ੍ਹਾ ਹੌਸਲਾ ਹੋ ਜਾਊ। ਕੀ ਖਿਆਲ ਹੈ? ਦੇਖ ਲੈ ਵੀਰੇ, ਹੁਣ ਤਾਂ ਘਰ 'ਤੇ ਪੁਲਿਸ ਵਾਲਿਆਂ ਦੀ ਨਿਗ੍ਹਾ ਵੀ ਪੂਰੀ ਹੋਣੀ ਹੈ, ਨਾਲੇ ਉਹ ਸੀ ਆਈ ਡੀ ਵਾਲੇ ਬਗਲਿਆਂ ਵਾਂਗੂ ਨਿਗ੍ਹਾ ਗੱਡੀ ਬੈਠੇ ਹੋਣੇ ਆ ਘਰ 'ਤੇ। ਪੈਰਾ ਤਾਂ ਖੈਰ ਸਾਡੇ ਉੱਤੇ ਇੱਥੇ ਵੀ ਘੱਟ ਨਹੀਂ, ਦਿਲਾਵਰ ਭੂਤ ਬਣ ਕੇ 24 ਘੰਟੇ ਮਗਰ ਲੱਗਾ ਰਹਿੰਦਾ ਹੈ, ਇੱਕ ਮਿੰਟ ਦਾ ਵਸਾਹ ਨਹੀਂ ਖਾਂਦਾ। ਠੀਕ ਕਹਿ ਰਹੇ ਹੋ ਤੁਸੀਂ, ਜੇ ਤੁਸੀਂ 2 ਮਿੰਟ ਪਾਸੇ ਹੁੰਦੇ ਹੋ ਨਾ, ਉਹਨੇ ਤਾਂ ਤੜਥੱਲੀ ਮਚਾ ਦੇਣੀ ਹੈ। ਬਾਲਾ ਸ਼ੱਕੀ ਹੈ, ਉਹ ਤਾਂ ਇਹੀ ਸਮਝੂ ਕਿ ਮੈਂ ਮਾਲ ਲੈ ਕੇ ਖਿਸਕ ਗਿਆ। ਕਰਦਾ ਇਹਦਾ ਵੀ ਕੁਝ ਜੁਗਾੜ ਮੈਂ। ਜਨਾਬ ਚੱਕ ਲਈਏ? ਹੁਣ ਨਹੀਂ, ਇਹਨੂੰ ਤਾਂ ਮੈਂ ਇੱਥੇ ਹੀ ਦੱਬ ਦਿੰਦਾ। ਲੈ ਸਲੰਸਰ ਦੇ। ਹਾਂਜੀ, ਕਿੰਨੇ ਪੈਸੇ ਹੋਏ? 11 ਰੁਪਏ 11 ਪੈਸੇ। ਮਿੰਮੀ ਦੱਬ ਦੇ ਥਲ ਵਿੱਚ ਪੈਰ ਤੇਰੀ, ਅਸੀਂ ਲੱਭ ਲਾਂਗੇ ਮੌਤ ਦੇ ਵੇੜੇ, 2 ਪਲ ਜ਼ਿੰਦਗੀ ਮੰਗ ਲਾਂਗੇ। ਪਰ ਤੂੰ ਚੰਦਰਿਆ ਉਸ ਵੇੜੇ ਨਾ ਰੁੱਸ ਜਾਵੀਂ, ਮੁੱਕ ਜਾਣੀ ਏ ਜਾਨ ਇਸ਼ਕ ਪਰ ਮੁੱਕਣਾ ਨਹੀਂ, ਮੁੱਕ ਜਾਣੀ ਏ ਜਾਨ ਇਸ਼ਕ ਪਰ ਮੁੱਕਣਾ ਨਹੀਂ। ਮੁੱਠੀਆਂ ਦੇ ਵਿੱਚ ਬੰਦ ਕਰ ਲਈ ਦੇ, ਮੁੱਠੀਆਂ ਦੇ ਵਿੱਚ ਬੰਦ ਕਰ ਲਈ ਦੇ,
ਘੁੰਮਦੇ ਨੇ ਬਾਲੇ ਜੋ ਤੂਫਾਨ ਬਣ ਕੇ ਜਿੰਨਾ ਚਿਰ ਮਿੱਤਰਾਂ ਦੀ ਹਿੱਕ ਵਿੱਚ ਜੋਰ ਤੁਰਿਆ ਤੂੰ ਕਰ ਸਦਾ ਹਿੱਕ ਤਣ ਕੇ ਜਿੰਨਾ ਚਿਰ ਮਿੱਤਰਾਂ ਦੀ ਹਿੱਕ ਵਿੱਚ ਜੋਰ ਤੁਰਿਆ ਤੂੰ ਕਰ ਸਦਾ ਹਿੱਕ ਤਣ ਕੇ ਉੱਡਦੇ ਪਰਿੰਦਿਆਂ ਦੇ ਫੜ ਪਰਿਸ਼ਾਵੇ ਨਾ ਗਾਣਾ ਕਿੱਥੇ ਲੱਗਿਆ ਲੱਗਾ ਹੁਣ ਇੱਥੇ ਕਿਸੇ ਦੀ ਮੋਟਰ ਤੇ ਭਾਜੀ ਠੇਕਾ ਉਹ ਠੇਕਾ ਨੇਗਾ ਕੋਈ ਪੁਰਾਣੀ ਦੁਕਾਨ ਹੈ ਐਵੇਂ ਨਾ ਖੁਸ਼ ਹੋ ਜਾ ਕਰ ਅੱਛਾ ਕੀ ਗੱਲ ਕਰਦਾ ਤੂੰ ਭਾਜੀ ਮੈਂ ਇਹਨਾਂ ਦੀ ਗੱਲ ਸੁਣੀ ਆਪਣੇ ਕੰਨੀ ਇਹ ਕਿਸੇ ਖਜ਼ਾਨੇ ਦੀਆਂ ਗੱਲਾਂ ਕਰ ਰਹੇ ਸੀ ਲੱਗਦਾ ਕੋਈ ਚੰਗਾ ਖਜ਼ਾਨਾ ਹੱਥ ਲੱਗਿਆ ਉਹਨਾਂ ਦੇ ਹਾਂ ਸੁਣਿਆ ਸੀ ਇੱਕ ਵਾਰੀ ਜੇਲ੍ਹ 'ਚ ਤੇਜਵੀਰ ਦੇ ਮੂੰਹੋਂ ਕਿ ਬਲਦੇਵ ਨੇ ਚੰਗਾ ਪੈਸਾ ਲੁਕੋਇਆ ਕਿਤੇ ਹਾਂ ਤੇ ਉਸੇ ਪੈਸੇ ਨੂੰ ਵੰਡਣ ਦੀਆਂ ਗੱਲਾਂ ਕਰ ਰਹੇ ਸੀ ਉਹ ਦੇਖ ਬਾਈ ਆਪਾਂ ਜੇਲ੍ਹ 'ਚੋਂ ਇਕੱਠੇ ਭੱਜੇ ਇਕੱਠਿਆਂ ਨੇ ਮਿਹਨਤ ਕੀਤੀ ਬਾਹਰ ਨਿਕਲਣ ਦੀ ਖਜ਼ਾਨਾ ਉਹ ਲੈ ਜਾਵੇ ਇਹ ਕਿਸ ਤਰ੍ਹਾਂ ਹੋ ਸਕਦਾ ਬਾਈ ਸਰਿਆਮ ਗੱਦਾਰੀ ਕਿ ਨਹੀਂ ਬਾਈ ਪਰ ਕਰੀਏ ਕੀ ਕਰਨਾ ਕੀ ਇੱਕੀਆਂ ਦਾ ਕੱਤੀ ਬਣਾ ਕੇ ਮੋੜ ਦਿੰਦੇ ਹਾਂ ਮੌਕਾ ਦੇਖੋ ਜਿਹੜਾ ਇਕੱਲਾ ਇਕੱਲਾ ਕਾਬੂ ਆਈ ਜਾਵੇ ਨਾ ਠੋਕ ਦਿਓ ਨਾਲੇ ਬਲਦੇਵ ਨਾਲ ਅਖੀਰ 'ਤੇ ਕਹਾਣੀ ਫਿੱਟ ਕਰ ਲਾਂਗੇ ਕਿਵੇਂ ਲੱਗੀ ਸਕੀਮ ਮੇਰੀ ਸਕੀਮ ਤਾਂ ਤੇਰੀ ਠੀਕ ਆ ਬਾਕੀ ਰਹੀ ਗੱਲ ਮੌਕੇ ਦੀ ਤਾਂ ਅੱਜ ਹੀ ਕਰ ਦਿੰਦੇ ਹਾਂ ਕੰਮ ਸ਼ੁਰੂ ਕਰ ਦਿਓ ਫਿਰ ਉਹ ਕਿਹੜੇ ਦੁੱਧੇ ਧੋਤੇ ਨੇ ਸਾਰੇ ਦੇ ਸਾਰੇ ਸੱਪ ਨੇ ਸੱਪ ਇਕੱਲੇ ਇਕੱਲੇ ਨੂੰ ਪਾਣੀ ਵਿੱਚ ਡਬੋ ਡਬੋ ਕੇ ਮਾਰ ਦਿਓ ਡਬੋ ਡਬੋ ਕੇ
ਕਿਉਂ? ਲੈ ਠੋਕਤਾ। ਇਹ ਤਾਂ ਹੋਣਾ ਹੀ ਸੀ, ਆਖਿਰ ਤਾਂ ਸਭ ਨੇ ਇਸੇ ਰਸਤੇ ਜਾਣਾ। ਤੁਰਿਆ ਜਾਂਦਾ ਗੱਲ ਸੁਣਾਵਾਂ, ਗੱਲ ਸੁਣਾਵਾਂ ਆਨੇ ਦੀ, ਜੋ ਆਨੇ ਨੂੰ ਚੁੱਕਣ ਭੱਜਿਆ ਉਸ ਦੌੜੇ ਭੱਜੇ ਜ਼ਮਾਨੇ ਦੀ। ਉਸ ਦੌੜ ਵਿੱਚ ਤੂੰ ਵੀ ਇੱਕ ਹੈ, ਜਿਸ ਬੁਰੀਆਂ ਹਵਾਵਾਂ ਛੋ ਗਈਆਂ। ਵੇਖ ਨਾ ਮੁੜ ਕੇ ਪਿੱਛੇ ਆਪਣੇ, ਕੁਝ ਛਾਵਾਂ ਅੱਖ ਲੋ ਗਈਆਂ। ਅੱਖ ਪਰਾਈ ਵੇਖ ਕੇ ਮਿੱਤਰਾ ਕਬਰਾਂ ਭਰ ਭਰ ਰੋ ਪਈਆਂ, ਅੱਠ ਪਰਾਂਦੇ ਖੜ ਖੜ ਜਾਂਦੇ, ਗੱਲਾਂ ਹੀ ਗੱਲਾਂ ਰਹਿ ਗਈਆਂ। ਤਾਰ ਨਾ ਟੁੱਟੀ ਵਾਰ ਨਾ ਮੁੱਕੀ, ਕਬਰਾਂ ਸੜ ਸੜ ਬਹਿ ਗਈਆਂ। ਸੁਹਾ ਨਾ ਚੁੱਕੀ ਗਾਰ ਨਾ ਸੁੱਕੀ, ਦੇਹਾਂ ਤਰੀਆਂ ਰਹਿ ਗਈਆਂ। ਸਾਹ ਮੁੱਕ ਚੱਲਿਆ, ਰਾਹ ਮੁੱਕ ਚੱਲਿਆ। ਵੇਖ ਲੈ ਮੁੜ ਕੇ ਪਿੱਛੇ ਆਪਣੇ, ਸਭ ਸੰਗੀ ਜੂਹਾਂ ਟਹਿ ਗਈਆਂ। ਭੱਜ 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 ਲੈ ਪਰਦੇ ਕੱਜ ਲੈ, ਅਸਮਾਨੋਂ ਰੂਹਾਂ ਕਹਿ ਗਈਆਂ। ਪਾਗਲ ਯਮਲਿਆ ਬਾਹਰ ਆ ਜਾ। ਲੈ ਆ ਗਿਆ। ਜੋਗਾ ਕਿੱਥੇ ਹੈ? ਜੋਗਾ ਤਾਂ ਕਿੱਥੇ ਗਿਆ? ਜਿੱਥੇ ਹੁਣ
ਤੂੰ ਜਾ। ਤੇਜਵੀਰ ਆ ਕੀ ਕੀਤਾ? ਜੇ ਪਾਲਤੂ ਕੁੱਤਾ ਹੱਕ ਜੇ ਨਾ ਤੁਹਾਨੂੰ ਮਾਰ ਹੀ ਦੇਣਾ ਚਾਹੀਦਾ। ਕੀ ਮਤਲਬ? ਇਹ ਜ਼ਰੂਰੀ ਸੀ ਵੀਰਿਆ। ਪਰ ਕਿਉਂ? ਜੇ ਮੈਂ ਇਹਨੂੰ ਨਾ ਮਾਰਦਾ ਨਾ ਇਹਨੇ ਮੈਨੂੰ ਮਾਰ ਦੇਣਾ ਸੀ। ਕੋਈ ਝਗੜਾ ਹੋ ਗਿਆ ਸੀ? ਨਹੀਂ, ਝਗੜਾ ਤਾਂ ਹੁਣ ਸਿਰਫ ਖਜ਼ਾਨੇ ਦਾ ਹੀ ਹੈ। ਸਾਰੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਫਿਰਦੇ ਆ ਪੈਸੇ ਪਿੱਛੇ। ਇੱਥੋਂ ਚੱਲ। ਸ਼ੁਕਰ ਹੈ ਨਿਕਲ ਗਏ। ਮੈਂ ਤਾਂ ਕਿਹਾ ਲੈ ਬਈ ਪੈ ਗਈ ਪਿਣ ਕੇ ਇਹਨਾਂ ਨੂੰ, ਨਹੀਂ ਤੇ ਇੱਥੇ ਆਉਣ ਦਾ ਇਹਨਾਂ ਦੇ ਕੀ ਮਤਲਬ? ਮੈਨੂੰ ਲੱਗਦਾ ਇਹ ਜਗ੍ਹਾ ਹੁਣ ਖਤਰੇ ਤੋਂ ਖਾਲੀ ਨਹੀਂ। ਸਾਨੂੰ ਅੱਜ ਹੀ ਰਾਤ ਨੂੰ ਇੱਥੋਂ ਕਿਸੇ ਹੋਰ ਜਗ੍ਹਾ ਚਲੇ ਜਾਣਾ ਚਾਹੀਦਾ। ਬਹੁਤੀਆਂ ਕਹਾਣੀਆਂ ਨਾ ਸੁਣਾ, ਇੱਥੋਂ ਨਿਕਲ, ਸਿੱਧਾ ਪੈਸਿਆਂ ਵੱਲ ਚੱਲ। ਚੁੱਪ ਕਰ ਯਾਰ, ਕਦੋਂ ਕਿਹੜੀ ਗੱਲ ਕਿੱਥੇ ਕਰਨੀ ਇਹ ਤਾਂ ਦੇਖ ਲਿਆ ਕਰ। ਮੈਨੂੰ ਲੱਲੇ ਪੱਬੇ ਨਹੀਂ ਆਉਂਦੇ ਤੇ ਮੇਰੇ ਨਾਲ ਚਲਾਕੀਆਂ ਨਾ ਕਰ। ਬਾਈ ਠੰਡ ਰੱਖ, ਜਾਣਾ ਤਾਂ ਆਪਾਂ ਸਾਰਿਆਂ ਨੇ ਇੱਕੋ ਜਗ੍ਹਾ 'ਤੇ ਹੀ ਹੈ, ਨਾਲੇ ਇੰਨੀ ਗਰਮੀ ਨਾਲ ਗੱਲ ਨਹੀਂ ਬਣਨੀ। ਚੁੱਪ ਕਰ, ਸਮਝਾ ਇਹਨੂੰ ਛਲਾਰੂ ਜੇ ਨੂੰ, ਜੇ ਮੇਰੀ ਖੋਪੜੀ ਘੁੰਮ ਗਈ ਨਾ ਦੋਨੇ ਮਰੋਂਗੇ। ਦਿਲਾਵਰ ਸਿਆਂ, ਇੱਕ ਗੱਲ ਯਾਦ ਰੱਖੀ ਕਿ ਇਹ ਜਿੰਦਰੇ ਦੀ ਚਾਬੀ ਹਾਲੇ ਮੇਰੇ ਕੋਲ ਆ। ਅੱਛਾ, ਆ ਗਿਆ ਆਪਣੇ ਅਸਲੀ ਰੰਗ ਦੇ ਵਿੱਚ। ਇੱਕ ਗੱਲ ਤੂੰ ਵੀ ਸੁਣ ਲੈ, ਦਿਲਾਵਰ ਨੂੰ ਇਹੋ ਜਿਹੇ ਜੰਦੇ ਖੋਲ੍ਹਣ ਲਈ ਚਾਬੀਆਂ ਦੀ ਕੋਈ ਲੋੜ ਨਹੀਂ। ਤੂੰ ਬਿਨਾਂ ਵਜ੍ਹਾ ਮਾਹੌਲ ਖਰਾਬ ਕਰ ਰਿਹਾ ਦਿਲਾਵਰ, ਇਹ ਗੱਲ ਆਪਾਂ ਬਾਅਦ 'ਚ ਕਰਦੇ ਹਾਂ। ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਅਸੀਂ ਉਸ ਬੰਦੇ ਦੇ ਇਹਨਾਂ ਥੱਲੇ ਕਿਉਂ ਲੱਗੇ ਹਾਂ। ਸਾਡਾ ਪੈਸਾ ਹੈ, ਅਸੀਂ ਕੱਢਣਾ ਹੈ, ਕੀ ਕਰਨਾ ਹੈ? ਅਸੀਂ ਦੇਖਣਾ ਕਿ ਉਹਨੇ ਦੇਖਣਾ? ਨਾਲੇ ਤੀਜਾ ਬੰਦਾ ਸਾਨੂੰ ਡਿਕਟੇਟ ਕਿਵੇਂ ਕਰ ਸਕਦਾ? ਨਹੀਂ ਤੇਜ, ਅਸੂਲਾਂ ਮੁਤਾਬਕ ਦਿਲਾਵਰ ਦਾ ਹਿੱਸਾ ਬਣਦਾ ਹੈ। ਮੈਂ ਜਵਾਨ ਕੀਤੀ ਹੋਈ ਹੈ ਉਹਦੇ ਨਾਲ, ਜਵਾਨ ਕਰਕੇ ਮੁੱਕਰ ਜਾਣਾ ਬੰਦਿਆਂ ਦਾ ਕੰਮ ਨਹੀਂ ਹੁੰਦਾ। ਭੋਲੀਆਂ ਗੱਲਾਂ ਕਰਦਾ ਵੀਰੇ, ਕਿਹੜੀ ਜ਼ੁਬਾਨ, ਕਿਹੜੇ ਅਸੂਲ? ਇਹ ਉਹੀ ਬੰਦਾ ਨਾ ਜਿਹਦੇ ਨਾਲ ਤੂੰ ਇੰਨਾ ਚਿਰ ਕੰਮ ਕੀਤਾ, ਇੱਕੋ ਥਾਲੀ 'ਚ ਖਾ ਕੇ ਇਹਨੇ ਕਿਹੜੇ ਅਸੂਲਾਂ ਨਾਲ ਤੈਨੂੰ ਮਾਰਨ ਦੀ ਸੁਪਾਰੀ ਲੈ ਲਈ? ਤੇਜ, ਤੈਨੂੰ ਕੁਛ ਕਰਨ ਦੀ ਲੋੜ ਨਹੀਂ, ਕਿਸੇ ਤਰ੍ਹਾਂ ਅੱਜ ਦਾ ਦਿਨ ਟਪਾਓ। ਤੇਜ ਵੀਰ, ਉਹਦੀ ਸ਼ਕਲ 'ਤੇ ਨਾ ਜਾ, ਜਿਹੋ ਜਿਹਾ ਉਹ ਲੱਗਦਾ ਉਹਨਾਂ ਹੈ ਨਹੀਂ।
ਨਾਲੇ ਐਡੀ ਕਿਹੜੀ ਗੱਲ ਆ, ਭੱਜਦੇ ਨੂੰ ਬਾਣ ਇੱਕੋ ਜਿਹੇ ਹੁੰਦੇ ਆ। ਤੂੰ ਬੈਠ ਵੀਰੇ, ਬਸ ਹੁਣ ਮੇਰੀ ਗੇਮ ਦੇਖ। ਇਹਨੂੰ ਬਸ ਇੰਨਾ ਦੱਸ ਦੀ, ਕੱਲ੍ਹ ਨੂੰ ਆਪਾਂ ਪੈਸੇ ਕੱਢਣ ਜਾਣਾ। ਤੇਜ, ਕਦ ਖਤਮ ਹੋਏਗਾ ਇਹ ਸਭ? ਬਸ ਪ੍ਰੀਤੀ, ਕੱਲ ਇਸ ਨਾਟਕ ਦਾ ਪਰਦਾ ਡਿੱਗ ਜਾਣਾ। ਪਰਸੋਂ ਦਾ ਸੂਰਜ ਸਾਡੇ ਦੋਵਾਂ ਲਈ ਇੱਕ ਨਵੀਂ ਸਵੇਰ, ਇੱਕ ਨਵੀਂ ਜ਼ਿੰਦਗੀ ਲੈ ਕੇ ਆਏਗਾ। ਆਈ ਲਵ ਯੂ ਤੇਜ। ਮੇਰਾ ਸਮਾਨ? ਅੱਛਾ, ਤੇ ਇਹ ਫਾਰ ਮੋਬਾਈਲ? ਗੱਡੀ ਪਿੱਛੇ ਖੜੀ ਹੈ। ਤੇ ਪਿਸਟਲ ਗੱਡੀ 'ਚ। ਟੇਕ ਕੇਅਰ। ਤੁਰਨਾ ਕਿੰਨੇ ਵਜੇ ਸਵੇਰੇ? ਸਵੇਰੇ ਛੇਤੀ ਨਿਕਲਾਂਗੇ। ਤੇਜਵੀਰ ਕਿੱਥੇ? ਨਿਕਲ ਤਾਂ ਨਹੀਂ ਗਿਆ ਕਿਤੇ? ਇੱਕ ਤਾਂ ਤੂੰ ਸ਼ੱਕੀ ਬਹੁਤ ਹੈ ਦਿਲਾਵਰ। ਪੈਸੇ ਦੇ ਮਾਮਲੇ 'ਚ ਤਾਂ ਦਿਲਾਵਰ ਆਪਣੇ ਆਪ ਦਾ ਵਸਾ ਨਹੀਂ ਖਾਂਦਾ। ਦੱਸਿਆ ਨਹੀਂ ਫਿਰ ਕਿੱਥੇ? ਗੱਡੀ ਦਾ ਇੰਤਜ਼ਾਮ ਕਰਨ ਗਿਆ, ਹੋਰ ਕਿਤੇ ਨਹੀਂ। Oh,
ਆਹਾ ਹਾ ਹਾ ਦਿਲ ਖੁਸ਼ ਕੀਤਾ, ਵਾਕਈ ਕਰੋੜਾਂ ਦਾ ਮਾਲ ਹੈ। ਹੁਣ ਟਾਈਮ ਨਾ ਖਰਾਬ ਕਰੋ, ਕੰਮ ਨਿਬੇੜੋ। ਲੈ ਬਈ, ਹੁਣ ਤੇਰੀ ਜ਼ਿੰਮੇਵਾਰੀ ਹੋ ਗਈ ਖਤਮ, ਤੇ ਹੁਣ ਮੇਰਾ ਕੰਮ ਹੋ ਗਿਆ ਸ਼ੁਰੂ। ਕੀ ਇਹ ਕੀ ਕਹਿ ਰਿਹਾ ਤੂੰ? ਸੁਣ ਰਹੇ ਹੋ? ਪੁਲਿਸ ਕਿਨੇ ਬੁਲਾਈ ਹੈ? ਮੈਂ ਬੁਲਾਈ ਹੈ ਫੋਨ ਕਰਕੇ। ਸਮਾਨ ਰੱਖੋ ਤੇ ਤਿੱਤਰ ਹੋ ਜਾਓ। ਛੋਟੇ, ਇਹ ਕੀ ਕਰ ਰਿਹਾ ਤੂੰ? ਛੋਟੇ ਕੋਲ ਇੰਨਾ ਪੈਸਾ ਆ ਜੇ ਤਾਂ ਉਹ ਛੋਟਾ ਨਹੀਂ ਰਹਿ ਜਾਂਦਾ। ਪੁਲਿਸ ਆ ਗਈ ਹੈ, ਮਾਲ ਚੱਕੋ ਤੇ ਰਫੂ ਚੱਕਰ ਹੋ ਜਾਓ। ਮੇਰੇ ਨਾਲ ਧੋਖਾ? ਜਿਸ ਦਿਨ ਮੇਰਾ ਹੱਥ ਫਿਰ ਗਿਆ ਨਾ, ਸੁਪਨੇ 'ਚ ਵੀ ਦਿਲਾਵਰ ਦਿਸੂਗਾ, ਯਾਦ ਰੱਖੀ। ਤੂੰ ਕੀ ਦੇਖੇਂਗਾ, ਬਾਅਦ 'ਚ ਦੇਖੀ। ਤੂੰ ਕੀ ਦੇਖ ਰਿਹਾ ਬਾਈ ਸਿਆਂ? ਬੈਗ ਰੱਖ ਤੇ ਪਿੱਛੇ ਮੁੜ ਕੇ ਨਾ ਦੇਖੀ। ਕਿਉਂ ਕਾਕਾ, ਕਰਤਾ ਨਾ ਉਹੀ ਕੰਮ? ਪੁੱਤ ਭੱਜ ਲਾ ਜਿੱਥੇ ਤੱਕ ਭੱਜ ਹੁੰਦਾ, ਹੁਣ ਨਹੀਂ ਭੱਜਦਾ ਤੂੰ। ਬੈਕਟ, ਤੈਨੂੰ ਕਿਹਾ ਨਾ ਬੈਕਟ ਬਾਰ, ਇੱਧਰ ਦੇ। ਦੂਜਾ ਵੀ ਛੇਤੀ ਫੜਾ, ਚਲੋ ਨਿਕਲੋ ਇੱਥੋਂ। ਉਸ ਦਿਨ ਇਨਸਾਨ ਪਾਣੀ ਦੇ ਬਹਾਅ ਨਾਲ ਬਹਿੰਦੇ ਤੁਰੇ ਗਏ। ਹਰ ਕਿਸੇ ਦੀ ਤਰ੍ਹਾਂ ਤੇਜ ਦੀ ਅੱਖ ਵੀ ਸੁਰਖ ਹੋ ਚੁੱਕੀ ਸੀ। ਪਤਾ ਨਹੀਂ ਉਹ ਕੀ ਕਰਨ ਜਾ ਰਿਹਾ ਸੀ, ਪਤਾ ਨਹੀਂ ਉਹ ਕੀ ਕਰ ਆਇਆ ਸੀ। ਤੇਜ, ਤੂੰ ਮੈਨੂੰ ਇੱਥੇ ਕਿਉਂ ਬੁਲਾਇਆ ਬਾਈ? ਮੈਂ ਇੱਕ ਬਹੁਤ ਵੱਡਾ ਕਦਮ ਚੱਕਣ ਜਾ ਰਿਹਾ ਤੇ ਮੈਂ ਨਹੀਂ ਚਾਹੁੰਦਾ ਇਸ ਕਦਮ ਬਾਰੇ ਕਿਸੇ ਨੂੰ ਵੀ ਕੁਛ ਪਤਾ ਹੋਵੇ, ਤੇ ਤੂੰ ਉਸ ਬਾਰੇ ਸਭ ਕੁਝ ਜਾਣਦਾ। ਤੇਜ, ਮੇਰੇ ਨਾਲ ਵੀ ਧੋਖਾ, ਤੈਨੂੰ ਸ਼ਰਮ ਨਹੀਂ ਆਈ? ਨਹੀਂ ਵੀਰੇ, ਤੁਸੀਂ ਇਹ ਸੋਚ ਵੀ ਕਿਵੇਂ ਸਕਦੇ ਹੋ ਤੁਹਾਡੇ ਨਾਲ ਧੋਖਾ? ਇਹ ਡਰਾਮਾ ਮੈਨੂੰ ਕਰਨਾ ਹੀ ਪੈਣਾ ਸੀ ਤੇ ਨਾਲੇ ਇਹ ਸਿਰਫ ਮੈਂ ਤੁਹਾਡੇ ਲਈ ਕੀਤਾ। ਮੇਰਾ ਕਰਕੇ? ਹਾਂ, ਤੁਹਾਡੀ ਜਾਨ ਸੌਖੀ ਕਰਤੀ। ਹੁਣ ਸਾਰਿਆਂ ਨੂੰ ਇਹ ਹੈ ਕਿ ਪੈਸੇ ਲੈ ਕੇ ਭੱਜ ਗਿਆ ਤੇਜਵੀਰ, ਤੇ ਬਲਦੇਵ ਕੋਲੇ ਕੁਛ ਵੀ ਨਹੀਂ। ਇਹਦੇ ਨਾਲ ਕੀ ਫਰਕ ਪਊ, ਜਦ ਰਹਿਣਾ ਹੀ ਆਪਾਂ ਇਕੱਠਿਆਂ ਨੇ ਆ। ਨਹੀਂ ਬਾਈ, ਅੱਜ ਤੋਂ ਬਾਅਦ ਕੋਈ ਇਕੱਠੇ ਨਹੀਂ। ਆ ਫੜੋ ਆਪਣਾ ਹਿੱਸਾ ਤੇ ਬੁੱਲੇ ਲੁੱਟੋ। ਸੋਚ ਲਓ ਹਾਲੇ ਵੀ। ਨਹੀਂ,
ਤੁਸੀਂ ਆਪਣੇ ਰਾਹ ਤੇ ਮੈਂ ਆਪਣੇ ਰਾਹ। ਤੇਜ ਇਸ ਵੇਲੇ ਕੌਣ ਹੋ ਸਕਦਾ, ਕੌਣ ਹੈ? ਤੁਸੀਂ? ਸ਼ੁਕਰ ਹੈ ਉਸ ਰੱਬ ਦਾ, ਪਰ ਤੇਜ ਕਿੱਥੇ? ਦੱਸਦਾ, ਬੈਠ। ਤੇਰੇ ਕੋਲ ਜਿੰਨਾ ਸਮਾਨ ਹੈ ਸਾਰਾ ਚੁੱਕ ਲੈ, ਆਪਾਂ ਜਾ ਰਹੇ ਹਾਂ। ਜਾ ਰਹੇ ਹਾਂ, ਪਰ ਦੱਸੋ ਤਾਂ ਸਹੀ ਤੇਜ ਕਿੱਥੇ ਹੈ? ਉਸ ਨੂੰ ਹੁਣ ਸਾਡੀ ਲੋੜ ਨਹੀਂ ਰਹੀ। ਕਿਉਂ? ਤੂੰ ਸਵਾਲ ਨਾ ਕਰ, ਚੱਲਣ ਦੀ ਤਿਆਰੀ ਕਰ। ਪਰ ਕਿੱਥੇ? ਦੁਨੀਆ ਬਹੁਤ ਵੱਡੀ ਆ, ਬਹੁਤ ਖੂਬਸੂਰਤ ਆ, ਬੰਦੇ ਕੋਲ ਪੈਸਾ ਹੋਣਾ ਚਾਹੀਦਾ, ਕਿਤੇ ਵੀ ਰਹਿ ਸਕਦਾ। ਤੁਸੀਂ ਕੀ ਕਹਿ ਰਹੇ ਹੋ ਸਭ? ਸਾਰੀਆਂ ਗੱਲਾਂ ਛੱਡ, ਮੈਂ ਤੈਨੂੰ ਹੁਣ ਲਕਸ਼ਮੀ ਦੇ ਦਰਸ਼ਨ ਕਰਵਾਉਣਾ। ਮੇਰੇ ਨਾਲ ਵੀ ਧੋਖਾ। ਗੋਲੀ ਮਾਰ ਬਰਗਰ। ਬਰਗਰ ਇੱਥੇ ਆ। ਓਏ ਚਾਬੀ ਦੇ ਤੇ ਚੱਲ ਉਧਰ, ਪਿੱਛੇ ਚੱਲ, ਚੱਲ ਪਿੱਛੇ ਚੱਲ। ਚੱਲ ਚੱਲ, ਝਾਕ ਰਹੀ ਆ। ਬਹੁਤ ਕੀਮਤੀ ਮਾਲ ਹੈ ਛੋਟੇ, ਅੱਧੇ ਘੰਟੇ ਤੱਕ ਪਹੁੰਚਦਾ ਕਰ ਦਿਓ, ਗਲਤੀ ਨਾ ਹੋਵੇ ਕੋਈ। ਹਾਂ
ਸ਼ਾਬਾਸ਼ ਮੁੰਡਿਓ, ਖੁਸ਼ ਕੀਤਾ। ਪਲੀਜ਼ ਵੀਰ ਜੀ, ਇਹਨਾਂ ਨੂੰ ਛੱਡ ਦਿਓ। ਪਲੀਜ਼ ਵੀਰ ਜੀ, ਪਲੀਜ਼ ਵੀਰ ਜੀ ਛੱਡ ਦਿਓ ਇਹਨਾਂ ਨੂੰ। ਪਲੀਜ਼ ਪਲੀਜ਼ ਵੀਰ ਜੀ, ਆ ਪਾਸੇ ਆ ਜਾ। ਤੈਨੂੰ ਕਿਹਾ ਸੀ ਨਾ, ਯਾਦ ਆਇਆ ਕੁਛ? ਬਾਈ ਜੀ ਮਾਫ ਕਰ ਦਿਓ, ਮਾਫ ਕਰ ਦਿਓ ਬਾਈ ਜੀ, ਗਲਤੀ ਹੋ ਗਈ। ਸਾਡੇ ਕੰਮ ਚ ਤਾਂ ਕੋਈ ਚੀਜ਼ਾਂ ਹੁੰਦੀਆਂ ਨੇ, ਸਜ਼ਾ ਜਾਂ ਫਿਰ ਇਨਾਮ। ਮਾਫੀ ਮੂਫੀ ਨੀ ਇੱਥੇ ਮਿਲਦੀ ਬਾਈ ਜੀ। ਸਾਰਾ ਪੈਸਾ ਲੈ ਲਓ ਬਾਈ ਜੀ, ਪ੍ਰੀਤੀ ਨੂੰ ਛੱਡ ਦਿਓ, ਸਾਰਾ ਪੈਸਾ ਲੈ ਲਓ। ਪ੍ਰੀਤੀ ਨੂੰ ਤੂੰ ਪੈਸਾ ਕੀ ਦੇਂਗਾ ਓਏ, ਪੈਸਾ ਤਾਂ ਆਪ ਹੈ। ਮੈਨੂੰ ਹੁਣ ਬਲਦੇਵ ਚਾਹੀਦਾ, ਬਲਦੇਵ। ਬਲਦੇਵ ਦੇ ਆਉਣ ਤੋਂ ਪਹਿਲਾਂ ਇਹਦੀ ਸੇਵਾ ਤਾਂ ਕਰੋ ਮੁੰਡਿਓ। ਪਵਿੱਤਰ ਘਰ ਨੂੰ ਪੱਜ ਹੁਣ। ਨਾ ਮਾਰੋ, ਨਾ ਮਾਰੋ, ਪਲੀਜ਼ ਪਲੀਜ਼ ਛੱਡ ਦੋ, ਪਲੀਜ਼ ਛੱਡ ਦੋ। ਪੱਜ ਹੁਣ ਪਲੀਜ਼ ਬਣਦਾ ਸੀ। ਪਲੀਜ਼ ਨਾ ਕਰੋ। ਪਲੀਜ਼ ਛੱਡ ਦੋ, ਰੱਬ ਦਾ ਵਾਸਤਾ ਨਾ ਮਾਰੋ। ਤੂੰ ਚੁੱਪ ਕਰ ਕੁੜੀਏ, ਜੋ ਕੰਮ ਇਹਨੇ ਕੀਤਾ ਇਹ ਤਾਂ ਮਾਫੀ ਦੇ ਕਾਬਲ ਹੀ ਹੈ ਨਹੀਂ। ਚਲੋ ਮੁੰਡਿਆ, ਲਾ ਦੇ ਕੰਨ ਨੂੰ ਫੋਨ। ਮੈਂ ਕਹਿੰਦਾ ਬਾਈ ਜੀ, ਫੋਨ ਉਸੇ ਤੋਂ ਨਾ ਕਰਾ ਲਈਏ। ਚੱਲ ਲਿਆ। ਅਰੇ ਚੱਲ ਤੁਰ ਹੀਰੇ, ਚੱਲ ਤੁਰ। ਚੱਲ ਲਾ ਦੇ ਕੰਨ ਨੂੰ ਫੋਨ। ਵੀਰੇ ਮੈਨੂੰ ਤੇ ਪ੍ਰੀਤੀ ਨੂੰ ਦਿਲਾਵਰ ਨੇ ਮੰਡੀ ਵਾਲੇ ਸ਼ੈਲਰ ਚ ਕੈਦ ਕਰ ਲਿਆ। ਤੈਨੂੰ ਵੀ ਇੱਥੇ ਬੁਲਾ ਰਿਹਾ ਵੀਰੇ, ਜਲਦੀ ਆ। ਪ੍ਰੀਤੀ ਨੇ ਵੀ ਬਹੁਤ ਬੁਰਾ ਸਲੂਕ ਕੀਤਾ ਮੇਰਾ। ਕੋਈ ਨੀ ਵੀਰੇ, ਪ੍ਰੀਤੀ ਨੂੰ ਬਚਾ ਲਓ, ਪ੍ਰੀਤੀ ਨੂੰ ਬਚਾ ਲਓ ਵੀਰੇ। ਕੌਣ ਹੈ, ਕਿਹਦਾ ਫੋਨ ਹੈ? ਹੁਣ ਮੈਨੂੰ ਉਸ ਚਾਲਬਾਜ਼ ਦੀ ਗੱਲ ਤੇ ਰਤੀ ਵੀ ਯਕੀਨ ਨਹੀਂ ਰਿਹਾ। ਇਹ ਤੇਜ ਸੀ ਨਾ?
ओए, जदों तक इहनू होश नहीं आउंदी उदों तक इहदी हीर नूं बन के रखो इदां। पता नहीं की गल है यार, इत्थे पता नहीं क्यों बुलाया। की हाल है बलदेव, अज सानू किवें याद कीता? की गल भाई, सब ठीक तां है ना? दिलावर तेजवीर नूं चुक के अपने सैलर ते लै गया। चलो आपां देखिए, बाकी गल मैं तुहानूं राह च दसदा। ਰਾਣੂ ਤੂੰ ਗੱਡੀ 'ਚ ਬੈਠ, ਕੁਛ ਵੀ ਹੋ ਜਾਵੇ ਤੈਂ ਬਾਹਰ ਨਹੀਂ ਨਿਕਲਣਾ, ਅੰਦਰ ਕੁਝ ਵੀ ਹੋ ਸਕਦਾ। ਚੱਲ ਚੱਲ ਚੱਲ, ਸਮਝੀਦਾ ਹੁੰਦਾ। ਚੱਲ 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 ਚੱਲ। ਸ਼ਾਬਾਸ਼ ਬਈ, ਤੁਸੀਂ ਆ ਮਗਰਲੀਆਂ ਪੇਟੀਆਂ ਸੈੱਟ ਕਰੋ ਏ। ਸੰਭਾਲ ਕੇ ਧਿਆਨ ਨਾਲ, ਖਿੰਡ ਨਾ ਜਾਵੇ ਕੁਛ। ਆ ਗਿਆ ਬਲਦੇਵ, ਹੁਣ ਸ਼ਤਰੰਜ ਦੀ ਸ਼ਹਿ ਤੇ ਮਾਤ ਮੇਰੇ ਹੱਥ ਵਿੱਚ, ਹੁਣ ਪੈਸਾ ਵੀ ਦਿਲਾਵਰ ਦਾ ਤੇ ਤੁਹਾਡੀਆਂ ਜਾਨਾਂ ਵੀ। ਦੇਖਦੇ ਆ ਕਿਹਦੀ ਜਾਨ ਕਿਹਦੇ ਹੱਥ ਵਿੱਚ ਆ। ਓਏ, ਇਹ ਤਾਂ ਹੁਣੇ ਪਤਾ ਲੱਗ ਜੂ। ਕਿਉਂ ਬਲਦੇਵ, ਆ ਗਿਆ ਨਾ ਦਿਲਾਵਰ ਦੇ ਪੰਜੇ ਦੇ ਵਿੱਚ, ਹੁਣ ਤੈਨੂੰ ਤੇ ਤੇਰੇ ਸ਼ਲਾਰੂ ਨੂੰ ਦੇਖ ਲੈਣਾ ਮੈਂ। ਆ ਗਏ ਟਿਕਾਣੇ ਤੇ, ਚਲਾਕੀਆਂ ਬਹੁਤੀ ਦੇਰ ਨਹੀਂ ਚੱਲਦੀਆਂ। ਜਿਹਨੂੰ ਛੁਡਾਉਣ ਆਇਆ ਉਹ ਵੇਖਦਾ ਕਿਵੇਂ ਬਚ ਕੇ ਜਾਂਦਾ ਮੈਥੋਂ।
ਇਹਨੂੰ ਮੈਂ ਦੇਖਦਾ। ਕਿਉਂ ਆ ਗਿਆ ਨਾ ਪੰਜੇ ਚ? ਬਲਦੇਵ ਹੁਣ ਨਹੀਂ ਆਉਣਾ ਕਿਸੇ ਨੇ। ਮੈਂ ਠੀਕ ਹਾਂ ਬਲਦੇਵ, ਤੁਸੀਂ ਤੇਜ ਨੂੰ ਦੇਖੋ ਜਾ ਕੇ। ਤੂੰ ਤੇਜ ਦੀ ਫਿਕਰ ਨਾ ਕਰ, ਤੂੰ ਉੱਠ, ਤੂੰ ਉੱਠ, ਮੈਂ ਦੇਖਦਾ। ਛੱਡ ਦੋ ਮੈਨੂੰ। ਚੱਲ ਬਹੁਤ ਉੱਡੂ ਉੱਡੂ ਕਰਦਾ ਸੀ, ਭੱਜ ਕੇ ਦਿਖਾ, ਛੁੜਾ ਆਪਣੀ ਮਹਿਬੂਬਾ ਨੂੰ। Ah!
ਭਾਬੀ, ਭਾਬੀ ਮੇਰੀ ਪ੍ਰੀਤ, ਬਲਦੇਵ ਮੈਨੂੰ ਮਾਫ ਕਰ ਦੇ ਵੀਰੇ, ਦੌਲਤ ਦੀ ਹਵਸ ਨੇ ਮੇਰੀਆਂ ਅੱਖਾਂ ਅੰਨੀਆਂ ਕਰਤੀਆਂ ਸੀ। ਮੈਨੂੰ ਆਪਣੇ ਤੇ ਪਰਾਇਆਂ 'ਚ ਫਰਕ ਵੀ ਨਹੀਂ ਦਿਸਿਆ। ਮੈਂ ਤੇਰਾ ਦਿਲ ਤੋੜਿਆ ਵੀਰੇ, ਮੇਰਾ ਗੁਨਾਹ ਮਾਫ਼ੀ ਦੇ ਕਾਬਲ ਨਹੀਂ। ਤੇਜ, ਇਹ ਜੋ ਵੀ ਹੋਇਆ ਚੰਗਾ ਨਹੀਂ ਹੋਇਆ। ਪੈਸੇ ਚੁੱਕ ਅਤੇ ਘਰ ਨੂੰ ਚੱਲੀਏ। ਨਹੀਂ, ਮੈਂ ਘਰ ਨਹੀਂ ਜਾ ਸਕਦਾ। ਹੋ ਸਕੇ ਤਾਂ ਮੈਨੂੰ ਮਾਫ਼ ਕਰ ਦਿਓ। ਤੇਜ, ਇਹ ਪੈਸਾ ਮੇਰਾ ਨਹੀਂ। ਪਹਿਲਾਂ ਵੀ ਇਹ ਪੈਸਾ ਮੈਂ ਤੁਹਾਡੇ ਲਈ ਲੁੱਟਿਆ ਸੀ, ਤੇਰੇ ਲਈ ਤਾਂ ਤੇਰੀ ਭਾਬੀ ਲਈ, ਤੁਹਾਨੂੰ ਜ਼ਿੰਦਗੀ ਦਾ ਹਰ ਸੁੱਖ ਦੇਣ ਲਈ। ਮੈਂ ਬਸ ਖੜਾ ਦੇਖ ਰਿਹਾ ਸੀ ਉਸ ਨੂੰ ਤੁਰੇ ਜਾਂਦੇ ਨੂੰ। ਉਸ ਦੀ ਜਿੱਦ ਅੱਜ ਉਸਨੂੰ ਬਹੁਤ ਦੂਰ ਲੈ ਗਈ ਸੀ, ਅਤੇ ਇਹ ਦੂਰੀ ਹਰ ਪਲ ਵੱਧਦੀ ਤੁਰੀ ਜਾ ਰਹੀ ਸੀ। ਮੈਂ ਚਾਹ ਕੇ ਵੀ ਉਸਨੂੰ ਰੋਕ ਨਹੀਂ ਸਕਿਆ। ਉਹ ਐਸੀ ਦੌੜ 'ਚ ਰਲ ਰਾਹ ਤੋਂ ਉੱਖੜ ਗਿਆ ਸੀ ਜੋ ਨਾ ਜਾਣੇ ਇਸ ਚਮਕਦੇ ਜੁਗਨੂੰ ਨੂੰ ਉੱਡਦਿਆਂ ਫੰਡ ਨੂੰ ਦੌੜ ਰਿਹਾ ਸੀ, ਜਿਸ ਨੂੰ ਫੜ ਕੇ ਵੀ ਅੱਖੀਂ ਹਨੇਰਾ ਸੀ ਅਤੇ ਹੱਥ ਖਾਲੀ ਸੀ।